ਸਕਰੀਨ ਤੇ ਇੱਕ ਕਰੈਕਟਰ ਕ੍ਰੀਏਟ ਕਰਨਾ ਜਾਂ ਪਰਦੇ ਉੱਪਰ ਇੱਕ ਕਰੈਕਟਰ ਕ੍ਰੀਏਟ ਕਰਨਾ ਇੱਕ ਐਕਟਰ ਦੇ ਲਈ ਕਿੰਨਾ ਇੰਪੋਰਟੈਂਟ ਕੰਮ ਹੈ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇਹਨਾਂ ਦੋ ਕਿਤਾਬਾਂ ਤੋਂ ਲਗਾ ਸਕਦੇ ਹੋ। ਇਹ ਦੋ ਕਿਤਾਬਾਂ ਸਤਾਨਿਸਲਾਵਸਕੀ ਦੀਆਂ ਲਿਖੀਆਂ ਹੋਈਆਂ ਨੇ, ਇਹ ਬਿਲਡਿੰਗ ਅ ਕਰੈਕਟਰ ਕ੍ਰੀਏਟਿੰਗ ਅ ਰੋਲ। ਸਤਾਨਿਸਲਾਵਸਕੀ ਉਹ ਥੀਏਟਰ ਪ੍ਰੈਕਟੀਸ਼ਨਰ ਸੀ, ਐਕਟਰ ਟ੍ਰੇਨਰ ਸੀ, ਜਿਸਨੇ ਐਕਟਿੰਗ ਸਿੱਖਣ ਦੇ ਪ੍ਰੋਸੈਸ ਨੂੰ ਬਕਾਇਦਾ ਇੱਕ ਮੈਥਡ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਅੱਜ ਵੀ ਸਾਰੀ ਦੁਨੀਆ ਦੇ ਵਿੱਚ ਇਸ ਨੂੰ ਮੈਥਡ ਐਕਟਿੰਗ ਦੇ ਨਾਮ ਨਾਲ ਜਾਣਿਆ ਜਾਂਦਾ। ਸਾਡੇ ਇੱਧਰ ਰਿਵਾਜ ਥੋੜ੍ਹਾ ਜਿਹਾ ਘੱਟ ਹੈ, ਲੇਕਿਨ ਵੈਸਟ ਦੇ ਵਿੱਚ ਜਿਹੜੇ ਐਕਟਰ ਬਣਦੇ ਨੇ, ਜਿਹੜੇ ਟ੍ਰੇਨਿੰਗ ਲੈ ਕੇ ਆਉਂਦੇ ਨੇ, ਭਾਵੇਂ ਉਹ ਫਿਲਮਾਂ ਦੇ ਵਿੱਚ ਹੋਵੇ, ਭਾਵੇਂ ਉਹ ਸਟੇਜ ਦੇ ਵਿੱਚ ਥੀਏਟਰ ਵਿੱਚ ਹੋਣ, ਉਹ ਬਹੁਤ ਜ਼ਿਆਦਾ ਲੋਕ ਉਹਨਾਂ ਵਿੱਚੋਂ ਸਤਾਨਿਸਲਾਵਸਕੀ ਦੇ ਐਕਟਿੰਗ ਮੈਥਡ ਨੂੰ ਫੋਲੋ ਕਰਦੇ ਨੇ। ਔਰ ਇਹਨਾਂ ਦੋ ਕਿਤਾਬਾਂ ਨੂੰ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਰੈਕਟਰ ਕ੍ਰੀਏਟ ਕਰਨ ਦੇ ਉੱਪਰ ਸਤਾਨਿਸਲਾਵਸਕੀ ਕਿੰਨਾ ਜ਼ੋਰ ਦਿੰਦਾ। ਤਾਂ ਹੁਣ ਆਪਾਂ ਪਹਿਲੇ ਟਾਸਕ ਵੱਲ ਚੱਲਦੇ ਹਾਂ, ਉਹ ਹੈ ਕਰੈਕਟਰ ਕ੍ਰੀਏਟ ਕਰਨਾ। ਔਰ ਕਰੈਕਟਰ ਕ੍ਰੀਏਟ ਕਰਨ ਤੋਂ ਪਹਿਲਾਂ ਇੱਕ ਜ਼ੀਰੋ ਟਾਸਕ ਔਰ ਬਹੁਤ ਇੰਪੋਰਟੈਂਟ ਟਾਸਕ ਹੈ, ਇੱਕ ਕਰੈਕਟਰ ਕ੍ਰੀਏਟ ਕਰਨ ਤੋਂ ਵੀ ਪਹਿਲਾਂ ਦਾ ਟਾਸਕ ਹੈ, ਉਹ ਇਹ ਹੈ ਕਿ ਆਪਣੇ ਲਈ ਇੱਕ ਕਰੈਕਟਰ ਚੂਜ਼ ਕਰਨਾ। ਜੋ ਸਟਾਰ ਨੇ, ਭਾਵੇਂ ਉਹ ਥੀਏਟਰ ਦੇ ਨੇ, ਭਾਵੇਂ ਉਹ ਸਿਨੇਮੇ ਦੇ ਨੇ, ਆਫਕੋਰਸ ਉਹ ਤਾਂ ਹੀਰੋ ਦਾ ਰੋਲ ਹੀ ਕਰਨਗੇ ਜਾਂ ਹੀਰੋਇਨ ਦਾ ਰੋਲ ਕਰਨਗੇ, ਪ੍ਰੋਟੈਗਨਿਸਟ ਜੇ ਉਮਰ ਵੱਡੀ ਹੈ ਤਾਂ। ਲੇਕਿਨ ਇੱਕ ਸਵਾਲ ਤਾਂ ਉਹਨਾਂ ਲਈ ਵੀ ਇਹ ਹਮੇਸ਼ਾ ਪ੍ਰੋਬਲਮ ਬਣਿਆ ਰਹੇਗਾ, ਕਿਹੋ ਜਿਹਾ ਹੀਰੋ, ਕਿਹੋ ਜਿਹੀ ਹੀਰੋਇਨ, ਭਾਵ ਕਿਹੋ ਜਿਹਾ ਕਰੈਕਟਰ ਮੈਂ ਕਰਾਂ, ਮੈਨੂੰ ਕਰਨਾ ਚਾਹੀਦਾ, ਇਹ ਸਵਾਲ ਇੰਪੋਰਟੈਂਟ ਹੈ ਸੀ ਰਹੇਗਾ। ਫਿਰ ਵਧੀਆ ਰੋਲ ਕਿਹੜਾ ਹੁੰਦਾ, ਮੈਨੂੰ ਕਿਹੋ ਜਿਹਾ ਰੋਲ ਕਰਨਾ ਚਾਹੀਦਾ। ਆਮ ਤੌਰ 'ਤੇ ਵੱਡੇ ਰੋਲ ਨੂੰ ਵਧੀਆ ਰੋਲ ਸਮਝ ਲਿਆ ਜਾਂਦਾ, ਜਿਹਦਾ ਸਕਰੀਨ ਸ਼ੇਅਰ ਜਾਂ ਡਰਾਮੇ ਦੇ ਵਿੱਚ ਪ੍ਰੈਜੈਂਸ, ਸਟੇਜ ਦੇ ਉੱਪਰ ਔਨ ਪ੍ਰੈਜੈਂਸ ਬਹੁਤ ਜ਼ਿਆਦਾ ਹੋਵੇ, 70-70% ਤੱਕ ਦੀ ਸਕਰੀਨ ਸ਼ੇਅਰ ਦੀ ਡਿਮਾਂਡ ਕੀਤੀ ਜਾਂਦੀ ਹੈ, 80-80% ਦੀ ਵੀ। ਲੇਕਿਨ ਮੈਨੂੰ ਲੱਗਦਾ ਕਿ ਰੋਲ ਦਾ ਵੱਡਾ ਹੋਣਾ ਕਿਸੇ ਚੰਗੇ ਰੋਲ ਦੀ ਗਰੰਟੀ ਨਹੀਂ ਹੋ ਸਕਦਾ। ਹੁਣ ਇਹੋ ਜਿਹੇ ਵੱਡੇ ਰੋਲ ਦਾ ਵੀ ਕੀ ਫਾਇਦਾ ਜਿਹਦੇ ਵਿੱਚ ਲਗਾਤਾਰ ਪਾਤਰ ਇੱਕੋ ਪਿੱਚ 'ਤੇ ਚੱਲ ਰਿਹਾ, ਇੱਕੋ ਲੈਵਲ ਦੇ ਉੱਪਰ ਚੱਲ ਰਿਹਾ, ਜਿਵੇਂ ਦਾ ਸ਼ੁਰੂ ਹੋਇਆ ਉਵੇਂ ਦਾ ਖਤਮ ਹੋ ਗਿਆ। ਰੈਦਰ ਇਹੋ ਜਿਹੇ ਰੋਲ ਮੈਂ ਸਮਝਦਾ ਕਿ ਕਿਸੇ ਐਕਟਰ ਦੇ ਲਈ ਇੱਕ ਪ੍ਰੋਬਲਮ ਬਣ ਸਕਦੇ ਨੇ, ਚੈਲੇਂਜ ਬਣ ਸਕਦੇ ਨੇ ਉਹਨਾਂ ਦੇ। ਉਹਦਾ ਕਾਰਨ ਹੈ 70-80% ਸਕਰੀਨ ਸ਼ੇਅਰ ਤੁਹਾਡੇ ਕੋਲ ਹੈ, ਇਹਦਾ ਮਤਲਬ ਦਰਸ਼ਕ ਹਰ ਸੀਨ ਦੇ ਵਿੱਚ ਆਲਮੋਸਟ ਤੁਹਾਨੂੰ ਦੇਖ ਰਿਹਾ, ਔਰ ਹਰ ਸੀਨ ਦੇ ਨਾਲ ਦਰਸ਼ਕ ਦੀ ਐਕਸਪੈਕਟੇਸ਼ਨ ਤੁਹਾਡੇ ਤੋਂ ਵਧਦੀ ਜਾਏਗੀ। ਪਿਛਲੇ ਸੀਨ ਦੇ ਵਿੱਚ ਤੁਹਾਨੂੰ ਦੇਖਿਆ, ਅਗਲੇ ਸੀਨ ਦੇ ਵਿੱਚ ਤੁਹਾਡੇ ਕੋਲ ਕੁਝ ਨਵਾਂ ਅਤੇ ਕੁਝ ਖਾਸ ਭਾਲਦਾ ਹੋਏਗਾ। ਲੇਕਿਨ ਜੇ ਤੁਹਾਡਾ ਕਰੈਕਟਰ ਪਿਆ ਹੀ ਸਾਰਾ ਇੱਕੋ ਪਿੱਚ ਦੇ ਉੱਪਰ ਪਿਆ, ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਉਹਦੇ ਵਿੱਚ, ਤੁਸੀਂ ਕੋਈ ਵਰਾਇਟੀ ਦੇ ਹੀ ਨਹੀਂ ਸਕਦੇ ਜਦੋਂ ਕਰੈਕਟਰ 'ਚ ਹੀ ਨਹੀਂ ਹੈ। ਲੇਕਿਨ ਮੈਂ ਇਹ ਚੀਜ਼ ਨੋਟ ਕੀਤੀ ਹੈ ਕਿ ਥੀਏਟਰ ਵਿੱਚ ਵੀ ਔਰ ਸਕਰੀਨ 'ਤੇ ਵੀ ਵੱਡਾ ਰੋਲ ਕਰਨ ਦੀ ਲਲਕ ਇੰਨੀ ਜ਼ਿਆਦਾ ਹੁੰਦੀ ਹੈ ਸਾਡੇ ਐਕਟਰਾਂ ਦੇ ਵਿੱਚ ਕਿ ਕਈ ਵਾਰੀ ਦੇਖ ਕੇ ਹੈਰਾਨੀ ਫੁੱਟਾ ਫੜ ਕੇ ਬਹਿ ਜਾਂਦੇ ਨੇ ਕਿ ਭਾਜੀ 3.5 meter ਦੀ ਸਕ੍ਰਿਪਟ ਹੈ, ਉਹਦੇ ਵਿੱਚ ਮੇਰਾ ਤਾਂ 1.25 meter ਦਾ ਹੀ ਰੋਲ ਹੈ। ਆਪਣਾ ਹੀ ਨਹੀਂ, ਕਈ ਵਾਰੀ ਉਹ ਨਾਲ ਦਿਆਂ ਦੇ ਕਰੈਕਟਰ 'ਤੇ ਬੜਾ ਧਿਆਨ ਦਿੰਦੇ ਨੇ, ਕਟਵਾ ਦਿੰਦੇ ਨੇ, ਇਸ ਕਰੈਕਟਰ ਨੂੰ ਕੱਟੋ, ਇਹ ਹੀਰੋ ਦੇ ਬਰਾਬਰ ਕੀ ਕਰਦਾ ਤੁਰਿਆ ਫਿਰਦਾ। ਜੇ ਸ਼ੂਟਿੰਗ ਦੇ ਵਿੱਚ ਲੰਘ ਵੀ ਜਾਵੇ ਨਾ ਕਿਸੇ ਤਰੀਕੇ, ਡਾਇਰੈਕਟਰ ਲੰਘਾ ਲਵੇ ਤਾਂ ਫਿਰ ਉਹ ਜਾ ਕੇ ਐਡੀਟਿੰਗ ਟੇਬਲ 'ਤੇ ਉਸਨੂੰ ਕਟਾਉਣ ਤੱਕ ਜਾਂਦੇ ਨੇ। ਮੈਨੂੰ ਇਹ ਚੀਜ਼ ਕਦੇ ਸਮਝ ਨਹੀਂ ਆਉਂਦੀ, ਤੁਸੀਂ ਨਾਲ ਬੈਠੇ ਕਿਸੇ ਬੰਦੇ ਦੀਆਂ ਲੱਤਾਂ ਵੱਢ ਦਿਓਗੇ, ਇਹਦੇ ਨਾਲ ਤੁਹਾਡੀ ਹਾਈਟ ਥੋੜ੍ਹੀ ਵੱਧ ਜਾਏਗੀ। ਤੁਸੀਂ ਕਿਸੇ ਹੋਰ ਦਾ ਕਰੈਕਟਰ ਘਟਾ ਕੇ ਛੋਟਾ ਕਰ ਦਿਓਗੇ, ਇਹਦੇ ਨਾਲ ਤੁਹਾਡਾ ਕਰੈਕਟਰ ਤਾਂ ਵਧੀਆ ਹੋਣ ਨਹੀਂ ਲੱਗਿਆ, ਤੁਸੀਂ ਤਾਂ ਜਿਹੋ ਜਿਹੇ ਐਕਟਰ ਨੂੰ ਕਰੈਕਟਰ ਉਹੋ ਜਿਹਾ ਹੀ ਰਹੂਗਾ। ਕਿਉਂ ਤੁਸੀਂ ਅਜਿਹਾ ਕਰਕੇ ਖਾਮ ਖਾਮ ਡਰਾਮੇ ਦੀ ਜਾਂ ਸਕ੍ਰਿਪਟ ਦੀ ਜੜ ਵੱਢਦੇ ਹੋ? ਜੇ ਫਿਲਮ ਹੀ ਨਾ ਚੱਲੀ ਤਾਂ ਤੁਹਾਡਾ ਵੱਡਾ ਰੋਲ ਵੀ ਕਿੱਥੋਂ ਚੱਲੂਗਾ? ਜੇ ਤੁਹਾਡਾ ਡਰਾਮਾ ਹੀ ਲੋਕਾਂ ਨੇ ਪਸੰਦ ਨਹੀਂ ਕੀਤਾ, ਫਿਰ ਤੁਹਾਡੇ ਵੱਡੇ ਰੋਲ ਨੂੰ ਵੀ ਕਿਸੇ ਨੇ ਪਸੰਦ ਨਹੀਂ ਕਰਨਾ। ਅਗਰ ਮੈਨੂੰ ਲੱਗਦਾ ਕਿ ਵੱਡੇ ਰੋਲਾਂ ਦੇ ਮੁਕਾਬਲੇ ਕਦੇ ਕਦੇ ਛੋਟੇ ਰੋਲ ਬਹੁਤ ਜ਼ਿਆਦਾ ਕਲਿੱਕ ਕਰ ਜਾਂਦੇ ਨੇ, ਖਾਸ ਤੌਰ 'ਤੇ ਉਦੋਂ ਜਦੋਂ ਇੱਕ ਵੱਡਾ ਐਕਟਰ ਲਗਾਤਾਰ ਰਿਪੀਟ ਕਰੀ ਜਾ ਰਿਹਾ, ਕੁਝ ਖਾਸ ਪਰਫੋਰਮ ਨਹੀਂ ਕਰ ਰਿਹਾ, ਔਰ ਦਰਸ਼ਕ ਹੌਲੀ 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 ਆਪਣੀ ਐਕਸਪੈਕਟੇਸ਼ਨ ਉਸ ਤੋਂ ਲੂਜ਼ ਕਰਦਾ ਜਾ ਰਿਹਾ, ਤਾਂ ਫਿਰ ਇੱਥੇ ਨਾ ਉਹਦਾ ਧਿਆਨ ਅਕਸਰ ਛੋਟੇ ਕਰੈਕਟਰਾਂ ਵੱਲ ਚਲਾ ਜਾਂਦਾ। ਅਸੀਂ ਇਹ ਮੰਨ ਹੀ ਕਿਉਂ ਲੈਂਦੇ ਹਾਂ ਕਿ ਜਿਹੜੇ ਛੋਟੇ ਕਰੈਕਟਰ ਹੁੰਦੇ ਨੇ, ਸਪੋਰਟਿੰਗ ਕਰੈਕਟਰ ਹੁੰਦੇ ਨੇ, ਸਾਈਡ ਕਰੈਕਟਰ ਹੁੰਦੇ ਨੇ, ਉਹ ਸੱਚੀ ਮੁੱਚੀ ਬਹੁਤ ਛੋਟੇ ਹੁੰਦੇ ਨੇ, ਜਦੋਂ ਕਿ ਹਿਸਟੋਰੀਕਲੀ ਇਹ ਫੈਕਟ ਨਹੀਂ ਹੈ। ਛੋਟੇ ਕਰੈਕਟਰ ਕਰ ਕਰਕੇ ਕੁਝ ਲੋਕਾਂ ਨੇ ਇੰਡਸਟਰੀ ਵਿੱਚ ਬੜੀ ਇੱਜ਼ਤ ਅਤੇ ਨਾਮ ਬਣਾਇਆ। ਨਾਨਾ ਪਾਟੇਕਰ ਨੂੰ ਅਸੀਂ ਇੰਡੀਅਨ ਫਿਲਮ ਸਿਨੇਮੇ ਦੇ ਵਿੱਚ ਬਹੁਤ ਵੱਡਾ ਐਕਟਰ ਮੰਨ ਕੇ ਚੱਲਦੇ ਹਾਂ, ਲੇਕਿਨ ਸਾਡੇ ਵਿੱਚੋਂ ਬਹੁਤੇ ਲੋਕਾਂ ਨੂੰ ਪਤਾ ਨਹੀਂ, ਆਪਣਾ ਕੈਰੀਅਰ ਦਾ ਆਗਾਜ਼ ਨਾਨਾ ਪਾਟੇਕਰ ਨੇ ਮਰਾਠੀ ਸਿਨੇਮੇ ਦੇ ਵਿੱਚ ਬਹੁਤ ਛੋਟੇ ਛੋਟੇ ਕਰੈਕਟਰ ਕਰਨ ਤੋਂ ਸ਼ੁਰੂ ਕੀਤਾ ਸੀ।
ਔਰ ਹਿੰਦੀ ਸਿਨੇਮੇ ਦੇ ਵਿੱਚ ਵੀ ਉਹਨਾਂ ਦਾ ਆਗਾਜ਼, ਉਹਨਾਂ ਦੀ ਡੈਬਿਊ ਗਮਨ ਦੇ ਨਾਲ ਜਦੋਂ ਹੋਈ ਤਾਂ ਇਹਦੇ ਵਿੱਚ ਉਹ 2.5 ਮਿੰਟ ਦਾ ਛੋਟਾ ਜਿਹਾ ਕਰੈਕਟਰ ਸੀ, ਲੇਕਿਨ ਉਹਨਾਂ ਨੇ ਉਸ 2.5 ਮਿੰਟ ਦੇ ਕਰੈਕਟਰ ਵਿੱਚ ਇੰਨੀ ਕੁ ਛਾਪ ਛੱਡੀ ਕਿ ਅਗਾਂਹ ਉਹਨਾਂ ਨੂੰ ਫਿਲਮਾਂ ਮਿਲਦੀਆਂ ਗਈਆਂ। ਕੱਲ੍ਹ ਮੇਰੀ ਇਸ ਸੰਬੰਧ ਵਿੱਚ ਫਿਲਮ ਕ੍ਰਿਟਿਕ ਬੌਬੀ ਸਿੰਘ ਹੋਰਾਂ ਨਾਲ ਗੱਲ ਹੋ ਰਹੀ ਸੀ। ਉਹਨਾਂ ਨੇ ਮੈਨੂੰ ਬੜੀ ਦਿਲਚਸਪ ਗੱਲਾਂ ਦੱਸੀਆਂ ਇਹਨਾਂ ਛੋਟੇ ਕਰੈਕਟਰਸ ਦੇ ਬਾਰੇ। ਉਹ ਕਿਤਾਬ ਲਿਖ ਰਹੇ ਨੇ ਨੈਕਸਟ ਜਿਹੜੀ ਸਿਨੇਮੇ ਦੇ ਉੱਪਰ, ਉਹਦੇ ਵਿੱਚ ਇੱਕ ਪੂਰਾ ਚੈਪਟਰ ਹੈ ਸਪਿਨ ਆਫਸ, ਉਹ ਇਹਨਾਂ ਕਰੈਕਟਰਸ ਨੂੰ ਸਪਿਨ ਆਫ ਕਰੈਕਟਰਸ ਕਹਿੰਦੇ ਨੇ। ਇਹ ਇੱਕ ਜਾਨਰ ਹੈ ਸਪਿਨ ਆਫ, ਅੱਜ ਕੱਲ੍ਹ ਟੀਵੀ ਦੇ ਵਿੱਚ ਨਵਾਂ ਪਾਪੂਲਰ ਹੋ ਰਿਹਾ, ਤਾਂ ਉਸੇ ਤੋਂ ਉਹਨਾਂ ਨੇ ਇਹ ਨਾਮ ਉਹਨਾਂ ਲਈ ਕ੍ਰੀਏਟ ਕੀਤਾ, ਛੋਟੇ ਕਰੈਕਟਰ ਜਿਹੜੇ ਅਚਾਨਕ ਆਉਂਦੇ ਨੇ ਔਰ ਸਾਰਾ ਕੁਝ ਘੁਮਾ ਕੇ ਆਪਣੇ ਉੱਪਰ ਫੋਕਸਡ ਕਰ ਲੈਂਦੇ ਨੇ। ਕਿਸੇ ਐਕਟਰ ਦੀ ਇਹ ਕਾਬਲੀਅਤ ਹੁੰਦੀ ਹੈ ਕਿ ਉਹ ਕਿਸੇ ਛੋਟੇ ਜਿਹੇ ਕਰੈਕਟਰ ਦੇ ਵਿੱਚ ਕਿਸੇ ਖਾਸ 2-4 ਸੀਨਾਂ ਦੇ ਵਿੱਚ ਨਜ਼ਰ ਆਇਆ ਔਰ ਉਹਨਾਂ ਸੀਨਾਂ ਦੇ ਵਿੱਚ ਉਹ ਪ੍ਰੋਟੈਗਨਿਸਟ ਬਣ ਗਿਆ, ਰੈਦਰ ਹੀਰੋ ਉਹਨਾਂ ਦਾ ਸਪੋਰਟਿੰਗ ਐਕਟਰ ਬਣ ਕੇ ਰਹਿ ਗਿਆ। ਔਰ ਕਾਫੀ ਸਾਰੀਆਂ ਉਹਨਾਂ ਨੇ ਮੈਨੂੰ ਐਗਜ਼ਾਮਪਲਸ ਦਿੱਤੀਆਂ, ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ। ਉਹ ਕਹਿੰਦੇ ਨੇ ਕਿ ਬੇਬੀ ਫਿਲਮ ਦੇ ਵਿੱਚ ਤਾਪਸੀ ਪੰਨੂ ਨੇ ਇੱਕ ਛੋਟਾ ਜਿਹਾ ਕਰੈਕਟਰ ਕੀਤਾ ਔਰ ਉਸ ਨੂੰ ਅਫਜ਼ਾਨੇ ਦੇ ਵਿੱਚ ਪੂਰੀ ਦੀ ਪੂਰੀ ਨਾਮ ਸ਼ਬਾਨਾ ਫਿਲਮ ਮਿਲੀ। ਖਾਮੋਸ਼ੀ ਵਿੱਚ ਧਰਮਿੰਦਰ ਨੇ ਇੱਕ ਛੋਟਾ ਜਿਹਾ ਰੋਲ ਕੀਤਾ ਔਰ ਉਸ ਦੇ ਵਿੱਚ ਧਰਮਿੰਦਰ ਦਾ ਚਿਹਰਾ ਵੀ ਨਹੀਂ ਸੀ ਦਿਖਾਇਆ ਗਿਆ, ਸਟਿਲ ਉਹ ਕਰੈਕਟਰ ਐਗਜ਼ਿਸਟ ਕੀਤਾ। ਗੁੱਡੀ ਦੇ ਵਿੱਚ ਪ੍ਰਾਣ ਜੀ ਨੇ ਇੱਕ ਛੋਟਾ ਜਿਹਾ ਕਰੈਕਟਰ ਕੀਤਾ ਜਿਹੜਾ ਕਿ ਬਹੁਤ ਦੇਰ ਤੱਕ ਯਾਦ ਰਿਹਾ। ਪਾਰਟੀ ਦੇ ਵਿੱਚ ਨਸੀਰੁਦੀਨ ਸ਼ਾਹ ਨੇ, ਹਾਲਾਂਕਿ ਆਨੰਦ ਜਿਹੜੀ ਫਿਲਮ ਸੀ ਉਹ ਅਮਿਤਾਭ ਬੱਚਨ ਅਤੇ ਰਜੇਸ਼ ਖੰਨਾ ਦੀ ਫਿਲਮ ਸੀ, ਲੇਕਿਨ ਜੌਨੀ ਵਾਕਰ ਦਾ ਛੋਟਾ ਜਿਹਾ ਕਰੈਕਟਰ ਉਹ ਉਸ ਵੇਲੇ ਬਹੁਤ ਨੋਟਿਸ ਲੈ ਕੇ ਗਿਆ। ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਸਾਡੇ ਕੋਲ ਫਿਰ ਸ਼ੋਲੇ ਦੀ ਮਿਸਾਲ ਹੈ ਜਿਸ ਦੇ ਵਿੱਚ ਨਿੱਕੇ ਨਿੱਕੇ ਕਰੈਕਟਰ ਸਾਂਭਾ, ਕਾਲੀਆ ਔਰ ਸੁਰਮਾ ਭੋਪਾਲੀ, ਨਿੱਕੇ ਨਿੱਕੇ ਕਿੰਨੇ ਕਰੈਕਟਰ ਸੀ ਜਿਹੜੇ ਅਸਟੈਬਲ ਹੋਏ। ਔਰ ਸਭ ਤੋਂ ਵੱਡੀ ਮਿਸਾਲ ਮੈਂ ਦੇਣੀ ਚਾਹਾਂਗਾ ਆਮਿਰ ਖਾਨ ਦੀ ਫਿਲਮ ਤਾਰੇ ਜ਼ਮੀਨ ਪੇ। ਇਹਦੇ ਵਿੱਚ ਆਮਿਰ ਖਾਨ ਪ੍ਰੋਟੈਗਨਿਸਟ ਨਹੀਂ ਹੈ, ਹੀਰੋ ਨਹੀਂ ਹੈ, ਛੋਟਾ ਬੱਚਾ, ਛੋਟੇ ਬੱਚੇ ਦੀ ਫਿਲਮ ਹੈ। ਆਮਿਰ ਖਾਨ ਇੱਕ ਤਰੀਕੇ ਨਾਲ ਸਪੋਰਟਿੰਗ ਕਾਸਟ ਵਿੱਚ ਹੈ, ਲੇਕਿਨ ਸਟਿਲ ਇਹ ਆਮਿਰ ਦੀ ਫਿਲਮ ਹੈ। ਰੋਲ ਦੀ ਲੰਬਾਈ ਵੇਖਣ ਨਾਲੋਂ ਮੈਨੂੰ ਲੱਗਦਾ ਪਹਿਲਾ ਸਵਾਲ ਇੱਕ ਐਕਟਰ ਨੂੰ ਕਰੈਕਟਰ ਪੜ੍ਹ ਕੇ ਜਾਂ ਕਰੈਕਟਰ ਦੇ ਬਾਰੇ ਇਹ ਕਰਨਾ ਚਾਹੀਦਾ ਕਿ ਕੀ ਉਸ ਰੋਲ ਦੀ, ਉਸ ਕਰੈਕਟਰ ਦੀ ਕੋਈ ਪਰਸਨੈਲਿਟੀ ਹੈ। ਜੇ ਉਸ ਕਰੈਕਟਰ ਦੀ ਫਿਲਮ ਦੇ ਵਿੱਚ ਕੋਈ ਸਮਝ ਆਉਣ ਵਾਲੀ ਪਰਸਨੈਲਿਟੀ ਹੀ ਨਹੀਂ ਹੈ, ਤਾਂ ਫਿਰ ਕੋਈ ਵੀ ਚੰਗੇ ਤੋਂ ਚੰਗਾ ਐਕਟਰ ਵੀ ਉਸ ਨੂੰ ਨਿਭਾ ਨਹੀਂ ਪਾਊਗਾ, ਜੇ ਉਹਦੀ ਇੱਕ ਪ੍ਰੋਪਰਲੀ ਬਿਲਡ ਕੀਤੀ ਹੋਈ ਪਰਸਨੈਲਿਟੀ ਨਹੀਂ ਹੈ। ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਸਵਾਲ ਇਹ ਹੈ ਕਿ ਜਿਹੜਾ ਕਰੈਕਟਰ ਮੈਂ ਕਰਨ ਜਾ ਰਿਹਾ, ਕੀ ਇਹਦੀ ਨਾਟਕ ਦੇ ਵਿੱਚ ਜਾਂ ਫਿਲਮ ਦੇ ਵਿੱਚ ਕੋਈ ਵੈਲਿਊ ਹੈ, ਇਹਦੀ ਕੋਈ ਇੰਪੋਰਟੈਂਸ ਹੈ। ਕਿਤੇ ਅਜਿਹਾ ਤਾਂ ਨਹੀਂ ਕਿ ਡਾਇਰੈਕਟਰ ਨੇ ਜਾਂ ਪ੍ਰੋਡਿਊਸਰ ਨੇ ਸਿਰਫ ਤੁਹਾਨੂੰ ਖੁਸ਼ ਕਰਨ ਦੇ ਲਈ ਤੁਹਾਡੇ ਲਈ ਇੱਕ ਰੋਲ ਕ੍ਰੀਏਟ ਕੀਤਾ ਹੋਇਆ ਕਿ ਚੱਲ ਯਾਰ ਰਾਜਾ ਤੂੰ ਤੈਨੂੰ ਐਡਜਸਟ ਕਰਦੇ ਹਾਂ। ਇਹੋ ਜਿਹਾ ਰੋਲ ਜਿਹੜਾ ਹੈ ਉਹ ਤੁਹਾਨੂੰ ਕੁਛ ਨਹੀਂ ਦੇ ਕੇ ਜਾਏਗਾ, ਤੁਸੀਂ ਉਹਦੇ ਨਾਲ ਖੁਸ਼ ਨਹੀਂ ਹੋ ਸਕਦੇ, ਰੈਦਰ ਤੁਹਾਡੇ ਪ੍ਰਸ਼ੰਸਕ ਨਾਰਾਜ਼ ਹੋਣਗੇ। ਔਰ ਇਹ ਚੀਜ਼ ਸਮਝਣ ਦੇ ਲਈ ਕਿ ਕੀ ਉਸ ਕਰੈਕਟਰ ਦੀ ਫਿਲਮ ਦੇ ਵਿੱਚ ਇੰਪੋਰਟੈਂਸ ਹੈ ਕਿ ਨਹੀਂ ਹੈ, ਤੁਹਾਨੂੰ ਇਹ ਦੇਖਣਾ ਪਏਗਾ ਕਿ ਕੀ ਉਸ ਕਰੈਕਟਰ ਦਾ ਫਿਲਮ ਦੀ ਸਟੋਰੀ ਨਾਲ ਕੋਈ ਸੰਬੰਧ ਹੈ, ਫਿਲਮ ਦੀ ਥੀਮ ਨਾਲ ਕੋਈ ਸੰਬੰਧ ਹੈ, ਦੂਜੇ ਪਾਤਰਾਂ ਨਾਲ ਉਹਦੇ ਕਿਹੋ ਜਿਹੇ ਰਿਸ਼ਤੇ ਨੇ, ਕਿੰਨੇ ਕੁ ਇੰਪੋਰਟੈਂਟ ਰਿਸ਼ਤੇ ਨੇ। ਇਹੋ ਜਿਹੇ ਸਵਾਲਾਂ ਤੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਕਰੈਕਟਰ ਮੈਂ ਕਰਨ ਜਾ ਰਿਹਾ ਉਸਦੀ ਫਿਲਮ ਦੇ ਵਿੱਚ ਜਾਂ ਡਰਾਮੇ ਦੇ ਵਿੱਚ ਲੋੜ ਹੈ, ਉਹ ਭਰਤੀ ਦਾ ਕਰੈਕਟਰ ਨਹੀਂ ਹੈ, ਸ਼ਰਤ ਹੀ ਇਹਦੇ ਵਿੱਚ ਇਸ ਕਰੈਕਟਰ ਦੇ ਵਿੱਚ ਤੁਹਾਡੇ ਕੋਲ ਕੁਛ ਨਾ ਕੁਛ ਪਿਆ ਹੋਵੇਗਾ। ਮੈਨੂੰ ਇਹ ਲੱਗਦਾ ਕਿ ਵਧੀਆ ਰੋਲ ਉਹ ਹੁੰਦਾ ਜਿਹਦੇ ਵਿੱਚ ਡਾਇਲੋਗ ਭਾਵੇਂ ਵਧੀਆ ਹੋਣ ਨਾ ਹੋਣ, ਲੇਕਿਨ ਉਹਦੇ ਵਿੱਚ ਮੂਡ ਦੀਆਂ ਸ਼ੇਡਸ ਬਹੁਤ ਵਧੀਆ ਹੋਣ ਔਰ ਬਹੁਤ ਜ਼ਿਆਦਾ ਹੋਣ। ਭਾਵ ਇੱਕੋ ਹੀ ਕਰੈਕਟਰ ਦੇ ਵਿੱਚ, ਇੱਕੋ ਹੀ ਫਿਲਮ ਦੇ ਵਿੱਚ ਤੁਸੀਂ ਇੱਕ ਤੋਂ ਜ਼ਿਆਦਾ ਮੂਡ ਪਲੇ ਕਰੋ, ਕਿਤੇ ਖੁਸ਼ੀ ਦਾ, ਕਿਤੇ ਗਮੀ ਦਾ, ਕਿਤੇ ਗੁੱਸੇ ਦਾ, ਕਿਤੇ ਈਰਖਾ ਦਾ। ਇਹ ਜਿਹੜੀਆਂ ਮੂਡ ਦੀਆਂ ਸ਼ੇਡਸ ਵੱਖ ਵੱਖ ਵੱਧ ਤੋਂ ਵੱਧ ਹੋਣ ਹੀ ਹੋਣ, ਲੇਕਿਨ ਇਹ ਹੋਣ ਵੀ ਬੜੀਆਂ ਕੰਪਲੀਕੇਟਡ, ਭਾਵ ਦੋ ਤਿੰਨ ਤਿੰਨ ਸ਼ੇਡਸ ਮਿਕਸ ਹੋ ਕੇ ਆ ਰਹੀਆਂ ਹੋਣ। ਦਿਲ ਦੇ ਅੰਦਰ ਉਦਾਸੀ ਹੈ, ਲੇਕਿਨ ਖੁਸ਼ ਹੋਣਾ ਪੈ ਰਿਹਾ ਦੁਨੀਆ ਦੇ ਸਾਹਮਣੇ। ਮੇਰਾ ਨਾਮ ਜੋਕਰ ਦਾ ਇੱਕ ਮੈਂ ਸੀਨ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗਾ। ਉੱਧਰ ਰਾਜ ਕਪੂਰ ਜੋਕਰ ਨੂੰ, ਉਹਦੀ ਮਾਂ ਮਰ ਰਹੀ ਹੈ, ਉੱਧਰ ਉਹ ਕਮੇਡੀ ਕਰਨ ਲਈ ਮਜਬੂਰ ਹੈ। ਖੁਦ ਜੋਕਰ ਫਿਲਮ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਜੋਕਰ ਫਿਲਮ ਦੇ ਵਿੱਚ ਉਹ ਜੋਕਰ ਹੈ, ਉਸਨੂੰ ਇਹ ਬਿਮਾਰੀ ਹੈ ਕਿ ਉਸਦਾ ਹਾਸਾ ਜਦੋਂ ਇੱਕ ਵਾਰ ਨਿਕਲਣਾ ਸ਼ੁਰੂ ਹੋ ਜਾਂਦਾ ਉਹ ਰੁਕਦਾ ਨਹੀਂ, ਲੋਕ ਉਸਦੀ ਇਸ ਗੱਲ ਤੋਂ ਚਿੜ ਕੇ ਉਸਨੂੰ ਕੁੱਟ ਰਹੇ ਨੇ, ਉਹ ਕੁੱਟ ਖਾ ਰਿਹਾ, ਦਰਦ ਹੋ ਰਿਹਾ, ਲੇਕਿਨ ਉਹ ਔਰ ਫਲੈਟ ਕਰੈਕਟਰ ਨਹੀਂ ਹੋਣਾ ਚਾਹੀਦਾ। ਫਲੈਟ ਮਤਲਬ ਸਿੰਗਲ ਲੇਅਰ, ਕਿ ਕਰੈਕਟਰ ਦੀ ਦੂਜੀ ਲੇਅਰ ਹੀ ਨਹੀਂ ਹੈ, ਬਸ ਇੱਕ ਹੀ ਟੈਕਸਟ ਹੈ, ਇੱਕੋ ਹੀ ਡਾਇਮੈਂਸ਼ਨ ਹੈ। ਜੇ ਉਹ ਪ੍ਰੇਮੀ ਹੈ ਤਾਂ ਬਸ ਪ੍ਰੇਮੀ ਹੀ ਹੈ, ਜੇ ਉਹ ਚੋਰ ਹੈ ਤਾਂ ਬਸ ਚੋਰੀ ਹੈ, ਜੇ ਲੀਡਰ ਹੈ ਤਾਂ ਲੀਡਰ ਹੀ ਹੈ। ਇਸ ਤਰੀਕੇ ਦੇ ਜਿਹੜੇ ਸਿੰਗਲ ਲੇਅਰ ਟੈਕਸਟ ਹੁੰਦੀ ਹੈ, ਬਹੁਤ ਦਰਸ਼ਕ ਬਹੁਤ ਜਲਦੀ ਇਹੋ ਜਿਹੇ ਕਰੈਕਟਰ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹਦੇ ਵਿੱਚੋਂ ਕੁਛ ਹੋਰ ਨਿਕਲ ਕੇ ਨਹੀਂ ਆਉਣਾ, ਤਾਂ ਥੋੜ੍ਹੀ ਦੇਰ ਬਾਅਦ
ਉਹ ਇਹੋ ਜਿਹੇ ਕਰੈਕਟਰਸ ਦੇ ਵਿੱਚੋਂ ਆਪਣਾ ਇੰਟਰਸਟ ਲੂਜ਼ ਕਰ ਜਾਂਦੇ ਨੇ। ਜਦੋਂ ਕਰੈਕਟਰ ਦੀ ਸਿੰਪਲ ਇੱਕ ਹੀ ਟੈਕਸਟ ਹੈ, ਕੋਈ ਸਬ ਟੈਕਸਟ ਨਿਕਲ ਕੇ ਸਾਹਮਣੇ ਆਉਣੀ ਨਹੀਂ, ਤਾਂ ਉਹ ਦਰਸ਼ਕ ਨੂੰ ਕਰੈਕਟਰ ਆਪਣੇ ਨਾਲ ਦੇਰ ਤੱਕ ਜੋੜ ਕੇ ਨਹੀਂ ਰੱਖ ਸਕਦਾ। ਦਰਸ਼ਕ ਦੀ ਮੈਂਟੈਲਿਟੀ ਕਿਸੇ ਚੀਜ਼ ਨੂੰ ਬਹੁਤ ਦੇਰ ਤੱਕ ਇੱਕੋ ਪਿੱਚ ਦੇ ਉੱਪਰ ਦੇਖਣ ਦੀ ਨਹੀਂ ਹੁੰਦੀ। ਇਸ ਤੋਂ ਇਲਾਵਾ ਮੇਰਾ ਇਹ ਮੰਨਣਾ ਕਿ ਜਿਹੜਾ ਵੀ ਕਰੈਕਟਰ ਤੁਸੀਂ ਚੂਜ਼ ਕਰੋ ਸਕ੍ਰਿਪਟ ਨੂੰ ਪੜ੍ਹ ਕੇ, ਇਹ ਦੇਖੋ ਕਿ ਕੀ ਉਹ ਕਰੈਕਟਰ ਔਰਗੈਨਿਕ ਹੈ। ਭਾਵੇਂ ਜਿਉਂਦਾ ਜਾਗਦਾ ਕਰੈਕਟਰ ਲੱਗਦਾ, ਜ਼ਿੰਦਗੀ ਵਰਗਾ ਕਰੈਕਟਰ ਲੱਗਦਾ। ਕਈ ਵਾਰੀ ਕੀ ਹੁੰਦਾ ਕਿ ਐਕਟਰਾਂ ਦੀ ਖੁਆਇਸ਼ ਹੁੰਦੀ ਹੈ ਕਿ ਮੈਂ ਫਲਾਂ ਕਰੈਕਟਰ ਵਰਗਾ ਕਰੈਕਟਰ ਕਰਨਾ, ਫਲਾਂ ਬੰਦੇ ਨੇ ਫਲਾਣੀ ਫਿਲਮ 'ਚ ਕੀਤਾ ਸੀ, ਫਲਾਣੇ ਡਰਾਮੇ 'ਚ ਕੀਤਾ ਸੀ। ਔਰ ਕਈ ਵਾਰੀ ਉਹ ਇਸ ਸਿਚੁਏਸ਼ਨ ਦੇ ਵਿੱਚ ਹੁੰਦੇ ਨੇ ਕਿ ਕਿਸੇ ਰਾਈਟਰ ਨੂੰ ਕਹਿ ਕੇ ਆਪਣੇ ਲਈ ਇਸ ਤਰੀਕੇ ਦਾ ਰੋਲ ਕ੍ਰੀਏਟ ਕਰਵਾ ਲੈਣ, ਜਾਂ ਰੀਮੇਕ ਬਣਦੇ ਨੇ ਫਿਲਮਾਂ ਦੇ ਵਿੱਚ। ਤਾਂ ਉੱਥੇ ਇੱਕ ਸਮਝਣ ਵਾਲੀ ਚੀਜ਼ ਇਹ ਹੁੰਦੀ ਹੈ ਕਿ ਜਿਹੜਾ ਕਰੈਕਟਰ ਅਸੀਂ ਕਰਨ ਜਾ ਰਹੇ ਹਾਂ, ਕੀ ਉਹਦੀ ਸਾਡੇ ਕਲਚਰ ਦੇ ਵਿੱਚ, ਸਾਡੀ ਸੋਸਾਇਟੀ ਦੇ ਵਿੱਚ ਉਸ ਤਰੀਕੇ ਦੀ ਐਕਸੈਪਟੈਂਸ ਹੈ। ਅਮੈਰੀਕਾ ਦੇ ਵਿੱਚ ਇੰਡੀਪੈਂਡੈਂਸ ਡੇ ਵਰਗੀਆਂ ਫਿਲਮਾਂ ਆਉਂਦੀਆਂ ਨੇ, ਉਸ ਦੇਸ਼ ਦਾ ਪ੍ਰਾਈਮ ਮਿਨਿਸਟਰ, ਪ੍ਰੈਜੀਡੈਂਟ ਉਹ ਖੁਦ ਜਾ ਕੇ ਵਾਰ ਲੜਦੇ ਨੇ, ਉੱਥੇ ਲੋਕ ਐਕਸੈਪਟ ਮੰਨ ਲੈਂਦੇ ਨੇ ਇਹਨਾਂ ਚੀਜ਼ਾਂ ਨੂੰ। ਲੇਕਿਨ ਸਾਡੇ ਦੇਸ਼ ਦੇ ਵਿੱਚ ਸਾਡੇ ਲੀਡਰਾਂ ਦੀ ਇਸ ਤਰੀਕੇ ਦੀ ਇਮੇਜ ਨਹੀਂ ਹੈ। ਅਤੇ ਜੇ ਕਲਚਰਲੀ ਉਹ ਸਾਡੇ ਕੋਲ ਐਕਸੈਪਟਡ ਨਹੀਂ ਹੈ, ਸਾਡੇ ਕਲਚਰ ਦੇ ਉਹ ਹੀਰੋ ਨਹੀਂ ਹੈ, ਤਾਂ ਫਿਰ ਇੱਥੇ ਜਿਹੜਾ ਸਾਡੀ ਇਹ ਖੁਆਇਸ਼ ਹੈ ਉਸ ਤਰੀਕੇ ਦੇ ਰੋਲ ਕਰਨ ਦੀ, ਉਹ ਸ਼ਰਤ ਹੀ ਸਾਡੇ ਲਈ ਇੱਕ ਪ੍ਰੋਬਲਮ ਬਣ ਜਾਏਗੀ। ਇਹ ਥੋੜ੍ਹੀ ਜਿਹੀ ਆਫ ਦਾ ਰਿਕਾਰਡ ਚੀਜ਼ ਹੈ, ਲੇਕਿਨ ਮੈਂ ਸਮਝਦਾ ਕਿ ਸਾਡੇ ਫਿਲਮ ਮੇਕਰਸ ਨੂੰ, ਸਾਡੇ ਰਾਈਟਰਸ ਨੂੰ ਔਰ ਸਾਡੇ ਐਕਟਰਸ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਪੰਜਾਬੀ ਕਲਚਰ ਵਿੱਚ ਹੀਰੋ ਖਾਸ ਤਰੀਕੇ ਦਾ ਹੁੰਦਾ। ਹੁਣ ਤੱਕ ਤਿੰਨ ਤਰੀਕੇ ਦੇ ਹੀਰੋ ਅਸੀਂ ਜੋ ਦੇਖਦੇ ਹਾਂ ਸਾਹਿਤ ਦੇ ਰਾਹੀਂ ਸਾਡੇ ਇੱਥੇ ਐਕਸੈਪਟੇਬਲ ਨੇ, ਉਹ ਸਾਡੇ ਕਲਚਰ ਨਾਲ ਮੈਚ ਕਰਦੇ ਨੇ। ਨੰਬਰ 1, ਜਾਂ ਉਹ ਸਾਡਾ ਹੀਰੋ ਜਿਹੜਾ ਹੈ ਉਹ ਸੰਤ ਹੋ ਸਕਦਾ, ਜਾਂ ਉਹ ਪ੍ਰੇਮੀ ਹੋ ਸਕਦਾ ਜਿਵੇਂ ਕਿ ਹੀਰਾਂ ਜਾਂ, ਅਤੇ ਜਾਂ ਫਿਰ ਉਹ ਇੱਕ ਯੋਧਾ ਹੋ ਸਕਦਾ, ਵਾਰੀਅਰ। ਤਿੰਨ ਕਿਸਮ ਦੇ ਜਿਹੜੇ ਹੀਰੋ ਨੇ ਸਾਡੇ ਕਲਚਰ ਦੇ ਵਿੱਚ ਹੁਣ ਤੱਕ ਐਕਸੈਪਟਡ ਹੋਏ ਨੇ। ਇਹ ਅਜੀਬ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਕਾਮੇਡੀ ਫਿਲਮਾਂ ਚੱਲ ਰਹੀਆਂ ਨੇ, ਸਾਡਾ ਹੀਰੋ ਕਾਮੇਡੀਅਨ ਬਣ ਗਿਆ। ਇਸ ਤੋਂ ਪਹਿਲਾਂ ਕਦੇ ਵੀ ਸਾਡੇ ਕੋਲ ਜੋ ਕਾਮੇਡੀਅਨ ਸਨ ਉਹ ਸਾਡੀ ਸੋਸਾਇਟੀ ਦੇ ਹੀਰੋ ਨਹੀਂ ਰਹੇ। ਇਹ ਸ਼ਾਇਦ ਇਸ ਕਰਕੇ ਹੋ ਗਿਆ ਕਿਉਂਕਿ ਸਿਨੇਮਾ ਇੱਕ ਕਮਰਸ਼ੀਅਲ ਆਰਟ ਹੈ ਔਰ ਇੱਥੇ ਲੋਕ ਇੰਟਰਟੇਨਮੈਂਟ ਦੇ ਲਈ ਜਾਂਦੇ ਨੇ। 2-250 ਰੁਪਏ ਖਰਚਦੇ ਨੇ ਤਾਂ ਥੋੜ੍ਹੀ ਦੇਰ ਇੰਟਰਟੇਨਮੈਂਟ ਚਾਹੁੰਦੇ ਨੇ, ਜਿਸ ਕਰਕੇ ਸਾਡਾ ਜਿਹੜਾ ਹੀਰੋ ਹੈ ਉਹ ਕਾਮੇਡੀਅਨ ਹੋ ਗਿਆ। ਲੇਕਿਨ ਜਾਤੀ ਤੌਰ 'ਤੇ ਮੈਨੂੰ ਨਹੀਂ ਲੱਗਦਾ ਕਿ ਇਹ ਸਥਿਤੀ ਬਹੁਤ ਦੇਰ ਰਹੂਗੀ, ਕਿਉਂਕਿ ਸਾਡੇ ਹਜੇ ਸਿਨੇਮਾ ਗਰੋ ਹੋਣਾ ਸ਼ੁਰੂ ਹੋਇਆ, ਸਾਡੇ ਦਰਸ਼ਕ ਜਿਹੜੇ ਨੇ ਹਾਲ ਦੀ ਘੜੀ ਸਿਨੇਮੇ ਨੂੰ ਇੰਟਰਟੇਨਮੈਂਟ ਦੇ ਨਜ਼ਰੀਏ ਨਾਲ ਦੇਖ ਰਹੇ ਨੇ। ਜਿਵੇਂ ਜਿਵੇਂ ਉਹ ਇਹਦੇ ਅੰਦਰੋਂ ਇਹ ਸਾਰੀਆਂ ਚੀਜ਼ਾਂ ਦੇਖ ਲੈਣਗੇ, ਤਾਂ ਫਿਰ ਉਹ ਕਮੇਡੀ ਤੋਂ ਹਟ ਕੇ ਕਮੇਡੀ ਹੀਰੋ ਤੋਂ ਮੰਗ ਕੇ ਇੱਕ ਵੱਖਰੇ ਕਿਸਮ ਦੇ ਹੀਰੋ ਦੀ ਮੰਗ ਕਰਨਗੇ, ਜਾਂ ਜਿੱਦਣ ਸਾਡੇ ਕਲਚਰ ਦੇ ਵਿੱਚ ਇੱਕ ਬਾਹੂਬਲੀ ਵਰਗੀ ਫਿਲਮ ਆਏਗੀ ਉਸ ਦਿਨ ਸਾਡੇ ਦਰਸ਼ਕਾਂ ਨੂੰ ਸ਼ਾਇਦ ਅਹਿਸਾਸ ਹੋਏਗਾ ਕਿ ਇੱਕ ਪਰਫੈਕਟ ਹੀਰੋ ਹੁੰਦਾ ਕੀ ਹੈ। ਸਿਰਫ ਹੀਰੋ ਹੀ ਨਹੀਂ, ਸਾਨੂੰ ਵਿਲਨ ਵੀ ਵੱਡਾ ਚਾਹੀਦਾ। ਪੰਜਾਬੀ ਸਿਨੇਮੇ ਦੇ ਨਾਲ ਇੱਕ ਬੜੀ ਅਨਫਾਰਚੁਨੇਟ ਜਿਹੀ ਸਥਿਤੀ ਬਣ ਗਈ ਕਿ ਸਾਡਾ ਹੀਰੋ ਜਦੋਂ ਕਮੇਡੀਅਨ ਹੋ ਗਿਆ ਤਾਂ ਇਸ ਦੇ ਵਿੱਚੋਂ ਵਿਲਨ ਗਾਇਬ ਹੋ ਗਿਆ। ਭਾਵ ਵਿਲਨ ਐਜ਼ ਕਰੈਕਟਰ, ਵਿਲਨ ਦਾ ਰੋਲ ਕਰਨ ਲਈ ਸਾਡੇ ਕੋਲ ਬਹੁਤ ਅੱਛੇ ਅੱਛੇ ਐਕਟਰ ਨੇ, ਪਰ ਵਿਲਨ ਹੀ ਸਾਡੀ ਸਕ੍ਰਿਪਟ ਦੇ ਵਿੱਚ ਨਹੀਂ ਹੈ। ਹੁਣ ਜਦੋਂ ਵਿਲਨ ਨਹੀਂ ਹੈ ਤਾਂ ਫਿਰ ਹੀਰੋ ਵੱਡਾ ਹੋ ਹੀ ਨਹੀਂ ਸਕਦਾ। ਹੀਰੋ ਜਦੋਂ ਵੀ ਵੱਡਾ ਨਜ਼ਰ ਆਏਗਾ ਉਹ ਵੱਡੇ ਵਿਲਨ ਦੇ ਪ੍ਰਸੰਗ ਵਿੱਚ ਵੱਡਾ ਨਜ਼ਰ ਆਏਗਾ। ਜਿਵੇਂ ਕਿ ਰਾਮਾਇਣ, ਰਾਵਣ ਕਿੱਡਾ ਵੱਡਾ ਕਰੈਕਟਰ, 10 ਤਾਂ ਉਹਦੇ ਸਿਰ ਨੇ, ਉਸਨੂੰ ਮਾਰਿਆ ਨਹੀਂ ਜਾ ਸਕਦਾ। ਇਹ ਗੱਲ ਸਿਰਫ ਇੱਕ ਵਿਭੀਸ਼ਣ ਜਾਣਦਾ ਕਿ ਉਹਦੀ ਧੁੰਨੀ ਵਿੱਚ ਤੀਰ ਵੱਜੇਗਾ ਅਤੇ ਉਹ ਮਰੇਗਾ। ਫਿਰ ਕੁੰਭਕਰਨ ਵਰਗਾ ਉਹਦਾ ਭਰਾ ਹੈ, ਰਾਕਸ਼ਾਂ ਦੀ ਸੈਨਾ ਉਹਦੇ ਕੋਲ, ਉਹਦੀ ਸੋਨੇ ਦੀ ਲੰਕਾ ਹੈ, ਉਸਨੇ ਕਾਲ ਨੂੰ ਪਾਵੇ ਨਾਲ ਬੰਨਿਆ ਹੋਇਆ, ਹਰ ਤਰੀਕੇ ਦੇ ਨਾਲ ਉਹ ਇੱਕ ਬਹੁਤ ਵੱਡਾ ਵਿਲਨ ਹੈ। ਔਰ ਇਹਦੇ ਨਾਲ ਕੀ ਹੁੰਦਾ ਕਿ ਜਿੱਦਣ ਹੀ ਰਾਵਣ ਦਾ ਕਨਫਲਿਕਟ ਰਾਮ ਜੀ ਨਾਲ ਪੈਦਾ ਹੁੰਦਾ, ਉਸੇ ਦਿਨ ਰਾਮ ਜੀ ਵੱਡੇ ਕਰੈਕਟਰ ਬਣ ਜਾਂਦੇ। ਆਫਕੋਰਸ ਵੱਡਾ ਯੋਧਾ ਤਾਂ ਉਹ ਹੀ ਹੈ ਜਿਹੜਾ ਵੱਡੇ ਵਿਲਨ ਦੇ ਖਿਲਾਫ ਲੜ ਰਿਹਾ। ਰਾਵਣ ਜਿਸ ਦਿਨ ਹੀ ਰਾਮ ਜੀ ਦੇ ਕਨਫਲਿਕਟ ਦੇ ਵਿੱਚ ਆਉਂਦਾ, ਰਾਮ ਜੀ ਦਾ ਕਰੈਕਟਰ ਵੱਡਾ ਹੋਣਾ ਸ਼ੁਰੂ ਹੋ ਜਾਂਦਾ। ਔਰ ਤੈਅ ਹੈ ਕਿ ਜਿੱਦਣ ਰਾਮ ਜੀ ਇਸ ਵੱਡੇ ਵਿਲਨ ਨੂੰ ਢਾਲਣਗੇ ਉਹ ਉਸ ਤੋਂ ਵੀ ਵੱਡੇ ਕਰੈਕਟਰ ਬਣ ਜਾਣਗੇ। ਆਪਣੇ ਲਈ ਇੱਕ ਸੂਟੇਬਲ ਰੋਲ ਚੂਜ਼ ਕਰਨ ਦੇ ਪ੍ਰੋਸੈਸ ਦੇ ਵਿੱਚ ਤੁਸੀਂ ਆਪਣੀ ਐਕਸਟਰਨਲ ਪਰਸਨੈਲਿਟੀ ਔਰ ਇੰਟਰਨਲ ਪਰਸਨੈਲਿਟੀ, ਭਾਵ ਆਪਣੀਆਂ ਫਿਜ਼ੀਕਲ ਲਿਮਿਟੇਸ਼ਨਸ ਔਰ ਆਪਣੀਆਂ ਮੈਂਟਲ ਐਬਿਲਿਟੀਜ਼, ਇਹ ਦੋਨੋਂ ਵੀ ਦੇਖ ਕੇ ਚੱਲਣੀਆਂ ਨੇ। ਤੁਹਾਡੀ ਨੇਚਰ ਕਿਹੋ ਜਿਹੀ ਹੈ, ਇੰਟਰਨਲੀ ਤੁਸੀਂ ਕਿਹੋ ਜਿਹੇ ਹੋ, ਜੇ ਤੁਸੀਂ ਜੌਲੀ ਸੁਭਾਅ ਦੇ ਹੋ
ਜਾਂ ਤੁਸੀਂ ਇਮੋਸ਼ਨਲ ਹੋ, ਤੁਸੀਂ ਉਸ ਤਰੀਕੇ ਦਾ ਅਗਰ ਰੋਲ ਚੂਜ਼ ਕਰ ਲਓਗੇ ਤਾਂ ਤੁਹਾਡੇ ਲਈ ਨਿਭਾਉਣਾ ਥੋੜ੍ਹਾ ਜਿਹਾ ਸੌਖਾ ਹੋਏਗਾ। ਆਫਕੋਰਸ ਕਰਨਾ ਤੁਸੀਂ ਕੁਛ ਵੀ ਕਰ ਸਕਦੇ ਹੋ, ਮਿਹਨਤ ਕਰਕੇ ਇੱਕ ਐਕਟਰ ਕਿਸੇ ਤਰੀਕੇ ਦਾ ਵੀ ਰੋਲ ਕਰ ਸਕਦਾ, ਪਰ ਥੋੜ੍ਹਾ ਜਿਹਾ ਸੌਖਾ ਰਹਿੰਦਾ ਜਦੋਂ ਤੁਸੀਂ ਆਪਣੀ ਨੇਚਰ ਦੇ ਮੁਤਾਬਕ ਕੋਈ ਰੋਲ ਤੁਹਾਨੂੰ ਮਿਲ ਜਾਂਦਾ। ਔਰ ਠੀਕ ਇਸੇ ਤਰੀਕੇ ਨਾਲ ਤੁਸੀਂ ਫਿਜ਼ੀਕਲੀ ਕਿਹੋ ਜਿਹੇ ਲੱਗਦੇ ਹੋ, ਇਹ ਵੀ ਚੀਜ਼ ਬਹੁਤ ਮੈਟਰ ਕਰਦੀ ਹੈ। ਦੇਖਣ ਦੇ ਵਿੱਚ ਤੁਸੀਂ ਰਫ ਟਫ ਲੱਗਦੇ ਹੋ ਕਿ ਤੁਸੀਂ ਇੱਕ ਲਵਰ ਬੁਆਏ ਟਾਈਪ ਲੱਗਦੇ ਹੋ, ਤੁਹਾਨੂੰ ਥੋੜ੍ਹਾ ਜਿਹਾ ਇਸ ਲਿਮਿਟੇਸ਼ਨਸ ਨੂੰ ਵੀ ਸਮਝਣਾ ਪਏਗਾ ਔਰ ਇਹਦੇ ਉੱਪਰ ਤੁਸੀਂ ਥੋੜ੍ਹਾ ਜਿਹਾ ਪ੍ਰੈਕਟੀਕਲ ਹੋ ਸਕਦੇ ਹੋ। ਇਹ ਨਹੀਂ ਕਿ ਜਿੱਦ ਨਹੀਂ ਹੋਣੀ ਚਾਹੀਦੀ ਕਿ ਨਹੀਂ ਮੈਂ ਤਾਂ ਉਦੋਂ ਦਾ ਕਰੈਕਟਰ ਕਰਨਾ ਹੀ ਕਰਨਾ। ਪਰ ਜਿਹੜਾ ਪੁਆਇੰਟ ਮੈਂ ਹੁਣ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ, ਇਹ ਇੰਨਾ ਕੁ ਇੰਪੋਰਟੈਂਟ ਹੈ ਕਿ ਇਸ ਤੋਂ ਬਿਨਾਂ ਕਦੇ ਤੁਹਾਨੂੰ ਫਿਲਮ ਨਹੀਂ ਕਰਨੀ ਚਾਹੀਦੀ। ਇਹ ਕਿਸੇ ਵੀ ਕਰੈਕਟਰ ਦੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਫੈਕਟਰ ਹੈ, ਉਹ ਹੈ ਇੱਕ ਕਰੈਕਟਰ ਦੀ ਇੰਟਰਨਲ ਡਿਵੈਲਪਮੈਂਟ, ਜਰਨੀ ਆਫ ਕਰੈਕਟਰ। ਭਾਵ ਇੱਕ ਕਰੈਕਟਰ ਇੱਕ ਖਾਸ ਪਰਸਨੈਲਿਟੀ ਤੋਂ ਸ਼ੁਰੂ ਹੋ ਰਿਹਾ ਔਰ ਇੱਕ ਖਾਸ ਪਰਸਨੈਲਿਟੀ ਉੱਪਰ ਜਾ ਕੇ ਖਤਮ ਹੋ ਰਿਹਾ। ਇਸ ਨੂੰ ਵੈਸਟਰਨ ਸਿਨੇਮਾ ਕਰੈਕਟਰਸ ਆਰਕ ਦੇ ਨਾਮ ਨਾਲ ਜਾਣਦਾ ਔਰ ਇਹ ਇੰਨਾ ਕੁ ਇੰਪੋਰਟੈਂਟ ਫੈਕਟਰ ਹੈ ਕਿ ਤੁਸੀਂ ਦੇਖੋ ਕਿ ਜਿਹੜੇ ਸੋਫਟਵੇਅਰਸ ਦੇ ਵਿੱਚ ਹਾਲੀਵੁੱਡ ਫਿਲਮਾਂ ਸਕਰੀਨ ਪਲੇ ਟਾਈਪ ਕਰਦਾ, ਬਕਾਇਦਾ ਉਹਦੇ ਵਿੱਚ ਇੱਕ ਸੈਕਸ਼ਨ ਹੁੰਦਾ, ਜਦੋਂ ਤੁਸੀਂ ਇੱਕ ਕਰੈਕਟਰ ਕ੍ਰੀਏਟ ਕਰਦੇ ਹੋ ਉਹਦੇ ਨਾਮ ਉੱਪਰ ਕਲਿੱਕ ਕਰਦੇ ਹੋ, ਉਹ ਨਾਲ ਦੀ ਨਾਲ ਉਹਦੀ ਆਰਕ ਖੋਲ ਦਿੰਦਾ। ਭਾਵ ਤੁਸੀਂ ਉਹਦੇ ਵਿੱਚ ਨੋਟਸ ਲਿਖੋ ਇਹ ਕਰੈਕਟਰ ਕਿੱਥੋਂ ਚੱਲਿਆ, ਕਿੱਥੇ ਪਹੁੰਚ ਰਿਹਾ, ਵਿੱਚ ਕਿਹੜੇ ਕਿਹੜੇ ਫੇਜ਼ਸ ਆਣਗੇ। ਇਹ ਜਰਨੀ ਆਫ ਕਰੈਕਟਰ ਕਿਸੇ ਵੀ ਕਰੈਕਟਰ ਦੇ ਵਿੱਚ ਡੈਪਥ ਲੈ ਕੇ ਆਉਂਦੀ ਹੈ। ਇਹੀ ਸਭ ਤੋਂ ਉਹ ਤਾਕਤਵਰ ਚੀਜ਼ ਹੈ ਜਿਹੜੀ ਦਰਸ਼ਕਾਂ ਨੂੰ ਇੱਕ ਕਰੈਕਟਰ ਨਾਲ ਜੋੜ ਕੇ ਰੱਖਦੀ ਹੈ ਔਰ ਦਰਸ਼ਕ ਲਗਾਤਾਰ ਇਸ ਟੈਂਸ਼ਨ ਦੇ ਵਿੱਚ ਫਿਲਮ ਦੇਖਦਾ ਹੈ, ਵਾਟ ਨੈਕਸਟ, ਇਸ ਕਰੈਕਟਰ 'ਚ ਹੁਣ ਕੀ ਬਦਲੇਗਾ, ਹੁਣ ਇਹ ਕਰੈਕਟਰ ਨਵਾਂ ਕੀ ਕਰੇਗਾ। ਔਰ ਜਦੋਂ ਜਿਵੇਂ 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 ਨਵੇਂ ਨਵੇਂ ਫੇਜ਼ ਆਉਂਦੇ ਰਹਿੰਦੇ ਨੇ, ਕਰੈਕਟਰ ਚੇਂਜ ਹੁੰਦਾ ਰਹਿੰਦਾ। ਇਹਦੀ ਇੱਕ ਬਹੁਤ ਵਧੀਆ ਮਿਸਾਲ ਮੈਂ ਤੁਹਾਨੂੰ ਦੇਣੀ ਚਾਹਾਂਗਾ, ਦਿਲਵਾਲੇ ਦੁਲਹਨੀਆਂ ਲੈ ਜਾਏਂਗੇ ਫਿਲਮ ਦੇ ਵਿੱਚ ਸੀ, ਉਹਦੇ ਵਿੱਚ ਅਮਰੀਸ਼ ਪੁਰੀ ਜੀ ਨੇ ਜਿਹੜਾ ਕਰੈਕਟਰ ਕੀਤਾ ਸੀ ਬਲਦੇਵ ਸਿੰਘ ਦਾ, ਸ਼ੁਰੂ ਵਿੱਚ ਇੱਕ ਬਹੁਤ ਖੜੂਸ ਬਾਪ ਹੈ, ਸੋਚ ਵੀ ਨਹੀਂ ਸਕਦਾ ਆਪਣੀ ਧੀ ਦਾ ਰਿਸ਼ਤਾ ਕਿੱਥੇ ਇੱਦਾਂ ਕਰੇਗਾ, ਲੇਕਿਨ ਕਲਾਈਮੈਕਸ ਦੇ ਉੱਪਰ ਹੌਲੀ 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 ਸ਼ਿਫਟ ਆਉਂਦੀ ਜਾ ਰਹੀ ਹੈ, ਹੌਲੀ ਹੌਲੀ ਸ਼ਿਫਟਿੰਗ ਹੋ ਰਹੀ ਹੈ, ਉਹਦੇ ਮੂਡ ਦੀ ਸ਼ਿਫਟਿੰਗ ਹੋ ਰਹੀ ਹੈ, ਥੋੜ੍ਹਾ ਥੋੜ੍ਹਾ ਉਹ ਪਿਘਲ ਰਿਹਾ। ਔਰ ਕਲਾਈਮੈਕਸ ਉੱਪਰ ਜਾ ਕੇ ਜਦੋਂ ਉਹ ਕਹਿੰਦਾ ਜਾ ਸਿਮਰਨ ਜਾ, ਉਹ ਸਾਡੇ ਹਿੰਦੁਸਤਾਨ ਦਾ ਕਿੱਡਾ ਵੱਡਾ ਡਾਇਲੋਗ ਬਣਿਆ ਹੋਇਆ, ਤਾਂ ਉਹ ਜਿਹੜਾ ਕਰੈਕਟਰ ਸੀ ਕਿਸੇ ਪਰਸਨੈਲਿਟੀ ਤੋਂ ਸ਼ੁਰੂ ਹੋ ਕੇ ਕਿਸੇ ਹੋਰ ਪਰਸਨੈਲਿਟੀ ਵਿੱਚ ਜਾ ਕੇ ਖਤਮ ਹੋ ਰਿਹਾ, ਸਾਨੂੰ ਉਹ ਕਰੈਕਟਰ ਅੱਜ ਵੀ ਕਿੰਨਾ ਯਾਦ ਹੈ। ਅਮਰੀਸ਼ ਪੁਰੀ ਜੀ ਦੀ ਜ਼ਿੰਦਗੀ ਦੇ ਬੈਸਟ ਰੋਲਾਂ ਵਿੱਚੋਂ ਉਹ ਇੱਕ ਰੋਲ ਸੀ। ਸੋ ਇਹ ਜਰਨੀ ਆਫ ਕਰੈਕਟਰ ਜਾਂ ਇੱਕ ਕਰੈਕਟਰਸ ਆਰਕ ਜਾਂ ਇੰਟਰਨਲ ਡਿਵੈਲਪਮੈਂਟ ਬਹੁਤ ਇੰਪੋਰਟੈਂਟ ਹੈ ਔਰ ਇਹਦੇ ਵੀ ਅਗਾਂਹ ਤਿੰਨ ਪੁਆਇੰਟਸ ਨੇ ਜਿਨ੍ਹਾਂ ਤੋਂ ਇਹ ਪਛਾਣੀ ਜਾ ਸਕਦੀ ਹੈ, ਜਿਨ੍ਹਾਂ ਤੋਂ ਇਹ ਸਮਝੀ ਜਾ ਸਕਦੀ ਹੈ ਕਿ ਕਰੈਕਟਰ ਦੇ ਵਿੱਚ ਹੈ ਕਿ ਨਹੀਂ ਹੈ। ਪਹਿਲਾ ਸਵਾਲ ਇਹ ਹੈ ਕਿ ਉਸ ਕਰੈਕਟਰ ਦਾ ਸਾਰੀ ਫਿਲਮ ਦੇ ਵਿੱਚ ਗੋਲ ਕੀ ਹੈ, ਓਬਜੈਕਟਿਵ, ਮਨੋਰਥ, ਮਕਸਦ ਕੀ, ਉਸ ਕਰੈਕਟਰ ਦਾ ਕੋਈ ਮਕਸਦ ਹੈ ਜਾਂ ਉਹ ਤੁਰਿਆ ਫਿਰਦਾ ਸਾਰੀ ਫਿਲਮ ਦੇ ਵਿੱਚ ਪੰਚ ਮਾਰਦਾ ਡਾਇਲੋਗ ਬੋਲਦਾ। ਜੇ ਉਹਦਾ ਕੋਈ ਮਕਸਦ ਨਹੀਂ ਹੈ ਨਾ, ਤਾਂ ਤੁਸੀਂ ਮੰਨ ਕੇ ਚੱਲੋ ਕਿ ਅਜਿਹਾ ਕਰੈਕਟਰ ਦਰਸ਼ਕ ਨੂੰ ਆਪਣੇ ਨਾਲ ਜੋੜ ਨਹੀਂ ਪਾਏਗਾ। ਚੰਗੀਆਂ ਫਿਲਮਾਂ ਦੇ ਸਕਰੀਨ ਪਲੇ ਨੂੰ ਜਦੋਂ ਤੁਸੀਂ ਸਟੱਡੀ ਕਰੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਹਰ ਇੱਕ ਕਰੈਕਟਰ ਇੱਕ ਖਾਸ ਜਗ੍ਹਾ ਤੋਂ ਸ਼ੁਰੂ ਹੁੰਦਾ ਔਰ ਜਾ ਕੇ ਬਕਾਇਦਾ ਉਹਦੀ ਐਂਡਿੰਗ ਹੁੰਦੀ ਹੈ। ਖਾਸ ਤੌਰ 'ਤੇ ਹਾਲੀਵੁੱਡ ਦੀਆਂ ਫਿਲਮਾਂ ਨੂੰ ਸਟੱਡੀ ਕਰੋ, ਜਿਹੜਾ ਕਰੈਕਟਰ ਇੱਕ ਥਰੈਡ ਵਾਂਗੂ ਖੁੱਲ੍ਹ ਗਿਆ ਉਹ ਕਰੈਕਟਰ ਕਿਤੇ ਨਾ ਕਿਤੇ ਜਾ ਕੇ ਕਲੋਜ਼ ਵੀ ਹੋਏਗਾ ਔਰ ਇਸ ਸਾਰੇ ਪ੍ਰੋਸੈਸ ਦੇ ਦੌਰਾਨ ਉਹ ਕੋਈ ਨਾ ਕੋਈ ਗੋਲ ਅਚੀਵ ਕਰਕੇ ਜਾਏਗਾ। ਕਦੇ ਇੱਥੇ ਨਵੇਂ ਐਕਟਰ ਜਿਹੜੇ ਨੇ ਸਟਰਗਲਰ ਟਾਈਪ ਜਾਂ ਸੈਕਿੰਡ ਲੀਡ ਦੇ ਐਕਟਰ, ਉਹ ਸਵਾਲ ਕਰ ਸਕਦੇ ਨੇ ਕਿ ਭਾਅ ਜੀ ਮੈਂ ਤਾਂ ਮੈਨੂੰ ਤਾਂ ਇਹੋ ਜਿਹੇ ਰੋਲ ਹੀ ਨਹੀਂ ਮਿਲਦੇ, ਜਾਂ ਮੈਂ ਤਾਂ ਫਲਾਣੀ ਫਿਲਮ ਦੇ ਵਿੱਚ ਹੀਰੋ ਦਾ ਦੋਸਤ ਬਣ ਕੇ ਆ ਰਿਹਾ, ਹੀਰੋਇਨ ਦੀ ਸਹੇਲੀ ਬਣ ਕੇ ਆ ਰਹੀ ਹਾਂ, ਤਾਂ ਫਿਰ ਕੀ ਮੇਰਾ ਕਰੈਕਟਰ ਵਧੀਆ ਨਹੀਂ? ਆਫਕੋਰਸ ਇਹੋ ਜਿਹੇ ਰੋਲ ਕਰਨੇ ਪੈ ਸਕਦੇ ਨੇ ਔਰ ਇਹ ਰੋਲ ਮਾੜੇ ਨਹੀਂ ਹੁੰਦੇ। ਮੈਂ ਤਾਂ ਪਹਿਲਾਂ ਕਹਿ ਚੁੱਕਿਆ ਕਿ ਛੋਟੇ ਕਰੈਕਟਰ ਬਹੁਤ ਕਈ ਵਾਰੀ ਪਾਵਰਫੁੱਲ ਹੋ ਸਕਦੇ ਨੇ, ਲੇਕਿਨ ਤੁਸੀਂ ਅਜਿਹੇ ਕਰੈਕਟਰ ਨੂੰ ਕਰਨ ਲੱਗਿਆਂ ਕੁਛ ਗੱਲਾਂ ਦਾ ਧਿਆਨ 'ਚ ਰੱਖਣਾ। ਜਿਵੇਂ ਮੈਂ ਪਹਿਲਾਂ ਵੀ ਮੈਂ ਕਿਹਾ ਕਿ ਇਹ ਉਸ ਰੋਲ ਦਾ ਇੱਕ ਪਰਸਨੈਲਿਟੀ ਹੋਣੀ ਚਾਹੀਦੀ ਹੈ, ਉਹਦਾ ਓਬਜੈਕਟਿਵ ਹੋਣਾ ਚਾਹੀਦਾ। ਫਾਰ ਐਗਜ਼ਾਮਪਲ, ਤੁਹਾਡਾ ਰੋਲ ਹੀਰੋ ਦੇ ਦੋਸਤ ਜਾਂ ਸਹੇਲੀ ਦਾ, ਇਹ ਵੀ ਤਾਂ ਹੋ ਸਕਦਾ ਕਿ ਦੋਸਤ ਜਾਂ ਸਹੇਲੀ ਦੇ ਤੌਰ 'ਤੇ ਤੁਹਾਡੀ ਹੀਰੋ ਜਾਂ ਹੀਰੋਇਨ ਦੀ ਜ਼ਿੰਦਗੀ ਦੇ ਵਿੱਚ ਕੋਈ ਭੂਮਿਕਾ ਹੋਵੇ। ਬਸ ਤੁਸੀਂ ਆਪਣੀ ਇੰਨੀ ਕੁ ਭੂਮਿਕਾ ਨਿਰਧਾਰਿਤ ਕਰਨੀ ਹੈ ਕਿ ਮੈਂ ਹੀਰੋ ਦੀ ਜਾਂ ਹੀਰੋਇਨ ਦੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕੰਟਰੀਬਿਊਟ ਕਰਨਾ। ਆਮ ਤੌਰ 'ਤੇ ਇੱਕ ਹੀਰੋ ਦੇ ਨਾਲ ਹਮੇਸ਼ਾ ਹੀ ਇੱਕ ਦੋਸਤ ਹੁੰਦਾ ਔਰ ਹਮੇਸ਼ਾ ਹੀ ਇੱਕ ਸਹੇਲੀ ਹੁੰਦੀ ਹੈ ਹੀਰੋਇਨ ਦੇ ਨਾਲ। ਇਹ ਬੜਾ ਇੰਟਰਸਟਿੰਗ ਵਿਸ਼ਾ ਹੈ ਕਿ ਕਿਉਂ ਹੁੰਦੀ ਹੈ ਔਰ ਕੋਈ ਨਵੀਂ ਚੀਜ਼ ਨਹੀਂ ਹੈ। ਸੰਸਕ੍ਰਿਤ ਨਾਟਕ ਦੇ ਵਿੱਚ ਵੀ ਹੀਰੋ ਦੇ ਨਾਲ ਹਮੇਸ਼ਾ ਇੱਕ ਕਰੈਕਟਰ ਹੁੰਦਾ ਔਰ ਉੱਧਰਲੇ ਯੂਨਾਨੀ ਨਾਟਕਾਂ ਦੇ ਵਿੱਚ, ਸ਼ੇਕਸਪੀਅਰ ਦੇ ਨਾਟਕਾਂ ਦੇ ਵਿੱਚ ਜਿੱਥੇ ਹੀਰੋ ਹੋਏਗਾ ਉਹਦੇ ਨਾਲ ਇੱਕ ਕਰੈਕਟਰ ਹੋਏਗਾ ਔਰ ਆਮ ਤੌਰ 'ਤੇ ਉਹ ਕਮੇਡੀਅਨ ਹੁੰਦਾ।
ਪੰਜਾਬੀ ਫਿਲਮਾਂ ਦੇ ਵਿੱਚ ਵੀ ਇਹ ਪੈਟਰਨ ਚੱਲਦਾ, ਹੀਰੋ ਦੇ ਨਾਲ ਇੱਕ ਕਮੇਡੀਅਨ ਦੋਸਤ ਹੁੰਦਾ। ਇਹ ਨਹੀਂ ਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਉਹ, ਅਸੀਂ ਇਹ ਸੋਚਦੇ ਹਾਂ ਕਮੇਡੀ ਕਰਨ ਦੇ ਕੰਮ ਆਉਂਦਾ, ਨੋ, ਉਹ ਕਮੇਡੀ ਕਰਨ ਦੇ ਕੰਮ ਨਹੀਂ ਆਉਂਦਾ। ਬੇਸਿਕਲੀ ਉਹ ਇੱਕ ਹੀਰੋ ਦਾ ਅਦਰ ਸੈਲਫ ਬਣ ਕੇ ਆਉਂਦਾ। ਹੁਣ ਦੇਖੋ, ਸਿਨੇਮੇ ਦੇ ਵਿੱਚ ਨਰੇਟਰ ਨਹੀਂ ਹੁੰਦਾ, ਜਿਵੇਂ ਨਾਵਲ ਦੇ ਵਿੱਚ ਗੱਲਾਂ ਲਿਖੀਆਂ ਹੁੰਦੀਆਂ, ਕਹਾਣੀ ਵਿੱਚ ਨਾਟਕਕਾਰ ਨੇ, ਸੋਰੀ, ਲੇਖਕ ਨੇ ਗੱਲਾਂ ਲਿਖਤੀਆਂ, ਹੁਣ ਉਹਦੇ ਮਨ ਵਿੱਚ ਆਹ ਚੀਜ਼ ਆ ਰਹੀ ਹੈ, ਹੁਣ ਉਹਦੇ ਮਨ ਵਿੱਚ ਇਹ ਚੀਜ਼ ਚੱਲ ਰਹੀ ਹੈ, ਇਹ ਗੱਲ ਇੱਕ ਰਾਈਟਰ ਲਿਖ ਦਿੰਦਾ ਨਾਵਲ ਜਾਂ ਕਹਾਣੀ ਦੇ ਵਿੱਚ। ਲੇਕਿਨ ਸਿਨੇਮੇ ਦੇ ਉੱਪਰ ਤਾਂ ਇਹ ਗੱਲ ਡਾਇਰੈਕਟਰ ਨੇ ਤਾਂ ਲਿਖਣੀ ਨਹੀਂ, ਨਾ ਹੀ ਸਕਰੀਨ ਦੇ ਉੱਪਰ ਲਿਖ ਕੇ ਆ ਸਕਦੀ ਹੈ, ਉੱਥੇ ਤਾਂ ਆਟੋਮੈਟਿਕਲੀ ਇੱਕ ਡਾਇਲੋਗ ਦੇ ਰਾਹੀਂ ਆਏਗੀ। ਪਹਿਲੋਂ ਪਹਿਲ ਸਿਨੇਮੇ ਦੇ ਵਿੱਚ ਵੀ ਸੋਲੋ ਲੋਕੀ ਅਤੇ ਮੋਨੋਲੋਗ ਦਾ ਬਹੁਤ ਟ੍ਰੈਂਡ ਸੀ, ਆਪਣੇ ਦਿਲ ਦੀ ਗੱਲ ਕਲੀਅਰ ਕਰਨੀ। ਲੇਕਿਨ ਹੁਣ ਇਹ ਤਰੀਕਾ ਬਹੁਤ ਪੁਰਾਣਾ ਅਤੇ ਆਊਟਡੇਟਡ ਹੋ ਗਿਆ, ਤਾਂ ਫਿਰ ਉਹਦੇ ਲਈ ਨਵਾਂ ਤਰੀਕਾ ਇਹ ਯਾਦ ਕੀਤਾ ਗਿਆ ਕਿ ਹੀਰੋ ਦੇ ਨਾਲ ਹਮੇਸ਼ਾ ਇੱਕ ਹੀਰੋਇਨ, ਇੱਕ ਦੋਸਤ ਹੋਏਗਾ, ਹੀਰੋਇਨ ਦੇ ਨਾਲ ਇੱਕ ਸਹੇਲੀ ਹੋਏਗੀ, ਉਹਦੇ ਨਾਲ ਉਹ ਦਿਲ ਦੀ ਗੱਲ ਕਰਨਗੇ। ਔਰ ਸਾਰੀ ਫਿਲਮ ਦੇ ਵਿੱਚ ਦਿਲ ਦੀ ਗੱਲ ਹੀ ਨਾਲ ਦਾ ਬੰਦਾ ਸੁਣਦਾ ਰਹਿ ਜਾਂਦਾ। ਇਹਦਾ ਮਤਲਬ ਉਹ ਹੀਰੋ ਦੀ ਇੱਕ ਸ਼ੇਡੋ ਹੈ, ਉਹਦਾ ਅਦਰ ਸੈਲਫ ਹੈ, ਬਸ ਉਹਦਾ ਹੀ ਇੱਕ ਹਿੱਸਾ ਹੈ, ਇਹੋ ਜਿਹੇ ਕਰੈਕਟਰ ਦੀ ਕੋਈ ਪਰਸਨੈਲਿਟੀ ਨਹੀਂ ਹੁੰਦੀ। ਲੇਕਿਨ ਇਹੀ ਕਰੈਕਟਰ, ਜੇ ਭਾਵੇਂ ਛੋਟਾ ਕਰੈਕਟਰ ਹੈ, ਭਾਵੇਂ ਹੀਰੋ ਦਾ ਦੋਸਤ ਹੈ, ਹੀਰੋ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਕਿ ਘਾਇਲ ਪ੍ਰਤੀਘਾਤ ਦੇ ਵਿੱਚ ਕਿੰਨੇ ਦੋਸਤ ਨੇ ਹੀਰੋ ਦੇ, ਉਹ ਹੀਰੋ ਦੇ ਲਈ, ਮਿਸ਼ਨ ਦੇ ਲਈ ਮਰ ਰਹੇ ਨੇ, ਉਹਦੇ ਲਈ ਕੁਰਬਾਨੀ ਕਰਦੇ ਜਾ ਰਹੇ ਨੇ, ਉਹ ਸਾਰੇ ਕਰੈਕਟਰ ਵੱਡੇ ਹੁੰਦੇ ਜਾਂਦੇ ਨੇ। ਸੋ ਇੱਕ ਕਰੈਕਟਰ ਭਾਵੇਂ ਛੋਟਾ ਹੋਵੇ, ਥੋੜ੍ਹੀ ਦੇਰ ਦੇ ਲਈ ਆਵੇ, ਉਹਦਾ ਕੋਈ ਕੋਈ ਨਾ ਕੋਈ ਗੋਲ ਜ਼ਰੂਰ ਹੋਣਾ ਚਾਹੀਦਾ, ਇਹ ਇੱਕ ਇੰਪੋਰਟੈਂਟ ਫੈਕਟਰ। ਦੂਜਾ, ਉਸ ਗੋਲ ਨੂੰ ਅਚੀਵ ਕਰਨ ਦੇ ਲਈ, ਉਸ ਮਕਸਦ ਨੂੰ ਹਾਸਲ ਕਰਨ ਦੇ ਲਈ ਕਰੈਕਟਰ ਨੂੰ ਕਿੰਨੀਆਂ ਅੜਚਣਾਂ ਦਾ ਸਾਹਮਣਾ ਕਰਨਾ ਪੈ ਰਿਹਾ, ਭਾਵ ਉਹਦੇ ਗੋਲ ਨੂੰ ਅਚੀਵ ਕਰਨ ਦੇ ਰਾਹ ਵਿੱਚ ਮੁਸ਼ਕਲਾਂ ਕਿੰਨੀਆਂ ਆ ਰਹੀਆਂ ਨੇ। ਇਹ ਮੁਸ਼ਕਲਾਂ ਜਿੰਨੀਆਂ ਜ਼ਿਆਦਾ ਹੋਣਗੀਆਂ, ਉਨਾ ਉਸ ਕਰੈਕਟਰ ਦੇ ਵਿੱਚ ਕਨਫਲਿਕਟ ਪੈਦਾ ਹੋਏਗਾ, ਉਨਾ ਉਹ ਕਰੈਕਟਰ ਤਾਕਤਵਰ ਨਜ਼ਰ ਆਏਗਾ, ਔਰ ਦਰਸ਼ਕ ਦਾ ਧਿਆਨ ਉਨਾ ਹੀ ਜ਼ਿਆਦਾ ਆਪਣੇ ਵੱਲ ਖਿੱਚੇਗਾ। ਤੁਸੀਂ ਪੁਰਾਣੀਆਂ ਕਹਾਣੀਆਂ ਦੇ ਸਟਰਕਚਰ ਨੂੰ ਸਟੱਡੀ ਕਰੋ, ਪਰੀ ਕਥਾਵਾਂ, ਉਹਨਾਂ ਦੇ ਵਿੱਚ ਇਹ ਐਲੀਮੈਂਟ ਬੜਾ ਕਮਾਲ ਦਾ ਪਿਆ ਹੁੰਦਾ ਸੀ। ਜਿਹੜਾ ਹੀਰੋ ਹੈ ਰਾਜਕੁਮਾਰ, ਪਹਿਲੀ ਅੜਚਨ ਹੈ ਤਾਂ ਰਾਜਕੁਮਾਰ, ਲੇਕਿਨ ਮਤਰੇਈ ਮਾਂ ਨੇ ਉਹਨੂੰ ਘਰੋਂ ਕਢਵਾਤਾ, ਪਿਓ ਨੂੰ ਕਹਿ ਕੇ, ਰਾਜੇ ਨੂੰ ਪੁੱਠੀ ਗੱਲ ਕਹਿਤੀ, ਰਾਜੇ ਨੇ ਘਰੋਂ ਕੱਢਤਾ। ਔਰ ਹੁਣ ਉਹ ਘੁੰਮਦਾ ਫਿਰਦਾ ਅਵਾਰਾ ਗਰਦ, ਪਤਾ ਲੱਗਦਾ ਕਿ ਫਲਾਣੇ ਪਿੰਡ ਵਿੱਚ ਇੱਕ ਪਰੀ ਰਹਿੰਦੀ ਆ, ਉਹ ਸੋਚਦਾ ਮੈਂ ਪਰੀ ਨਾਲ ਵਿਆਹ ਕਰਾਉਣਾ। ਔਰ ਜਦੋਂ ਪਿੰਡ 'ਚ ਪਹੁੰਚਦਾ, ਪਤਾ ਲੱਗਦਾ ਪਰੀ ਨੂੰ ਇੱਕ ਰਾਕਸ਼ ਚੱਕ ਕੇ ਲੈ ਗਿਆ। ਨਵੀਂ ਅੜਚਨ, ਹੁਣ ਰਾਕਸ਼ ਦੀ ਕਹਾਣੀ ਵੀ ਬੜੀ, ਮਤਲਬ ਕਿ ਰਾਕਸ਼ ਕਿੱਡਾ ਵੱਡਾ ਕਰੈਕਟਰ ਹੈ, ਕਿੰਨੀਆਂ ਅੜਚਣਾਂ। ਪਹਿਲੀ ਗੱਲ, ਰਾਕਸ਼ ਤੱਕ ਪਹੁੰਚਣਾ, ਰਾਕਸ਼ ਇੱਕ ਇਹੋ ਜਿਹੇ ਪਹਾੜ 'ਤੇ ਰਹਿੰਦਾ ਜਿਹੜਾ ਕਿ 7 ਸਮੁੰਦਰ ਲੰਘ ਕੇ, ਔਰ ਹਰ ਇੱਕ ਸਮੁੰਦਰ ਦੇ ਵਿੱਚ ਇੱਕ ਨਵਾਂ ਪੰਗਾ। ਫਿਰ ਉਹ ਲੰਘ ਕੇ ਉਹਨਾਂ 'ਤੇ ਪਹੁੰਚਦਾ, ਉੱਥੇ ਪਤਾ ਲੱਗਦਾ ਜਿੰਨ ਅਤੇ ਭੂਤਾਂ ਦਾ ਪੈਰ ਹੈ, ਔਰ ਜਿੰਨ ਅਤੇ ਭੂਤਾਂ ਨੂੰ ਵੀ ਹਰਾ ਦਿੰਦਾ। ਫਿਰ ਉਹ ਜਦੋਂ ਉੱਥੇ ਪਹੁੰਚਦਾ ਅਤੇ ਪਤਾ ਲੱਗਦਾ ਕਿ ਰਾਕਸ਼ ਨਾਲ ਤਾਂ ਲੜਿਆ ਹੀ ਨਹੀਂ ਜਾ ਸਕਦਾ, ਤਾਕਤਵਰ ਹੀ ਬਹੁਤ ਹੈ, ਉਹ ਵੀ ਕਿਸੇ ਤਰੀਕੇ ਨਾਲ ਲੜ ਲੈਂਦਾ, ਫਿਰ ਪਤਾ ਲੱਗਦਾ ਇਹ ਰਾਕਸ਼ ਤਾਂ ਕਦੇ ਮਰਨਾ ਹੀ ਨਹੀਂ। ਨਵੀਂ ਅੜਚਨ ਇਹ ਹੈ ਕਿ ਉਹਦੀ ਜਾਨ ਜਿਹੜੀ ਹੈਗੀ ਰਾਕਸ਼ ਦੇ ਵਿੱਚ ਹੈ ਹੀ ਨਹੀਂ, ਉਹ ਕਿਸੇ ਤੋਤੇ ਵਿੱਚ ਹੈ, ਤੋਤਾ ਕਿਸੇ ਪਿੰਜਰੇ ਵਿੱਚ ਆ, ਉਹ ਪਿੰਜਰਾ ਹੋਰ 7 ਪਹਾੜ ਛੱਡ ਕੇ ਕਿਤੇ ਉੱਥੇ। ਔਰ ਰਾਜਕੁਮਾਰ ਉਹ ਸਾਰੀਆਂ ਅੜਚਣਾਂ ਦੂਰ ਕਰਕੇ ਆਖਿਰ 'ਤੇ ਉਸਨੂੰ ਜਿੱਤਦਾ। ਔਰ ਇਸ ਦੇ ਦੌਰਾਨ ਦਰਸ਼ਕ ਲਗਾਤਾਰ ਸੁਣਨ ਵਾਲਾ ਕਹਾਣੀ ਐਂ ਸੁਣਦਾ ਰਹਿ ਜਾਂਦਾ। ਮੈਨੂੰ ਆਪ ਯਾਦ ਹੈ, ਮੈਨੂੰ ਯਾਦ ਹੈ ਮੇਰੀ ਵੱਡੀ ਭੈਣ ਸਾਨੂੰ ਇਹ ਕਹਾਣੀਆਂ ਸੁਣਾਇਆ ਕਰਦੀ ਸੀ, ਔਰ ਸਾਰੀ ਦੇਰ ਤੱਕ ਅਸੀਂ ਐਂ ਸੁਣਦੇ ਰਹਿ ਜਾਂਦੇ ਸੀ। ਔਰ ਜਦੋਂ ਫਿਰ ਰਾਜਕੁਮਾਰ ਨੇ ਜਿੱਤ ਜਾਣਾ, ਰਾਕਸ਼ ਨੂੰ ਮਾਰ ਦੇਣਾ, ਸਾਰੀ ਰਾਤ ਸਾਡੀ ਉਸ ਕਹਾਣੀ ਵਿੱਚ ਗੁਆਚਿਆ ਲੰਘਦੀ। ਇਹ ਜਿੰਨੀਆਂ ਅੜਚਣਾਂ ਹੋਣਗੀਆਂ, ਰਾਜਕੁਮਾਰ ਦਾ ਕਰੈਕਟਰ, ਹੀਰੋ ਦਾ ਕਰੈਕਟਰ ਉਨਾ ਵੱਡਾ ਹੁੰਦਾ ਜਾਏਗਾ। ਔਰ ਤੀਜਾ ਪੁਆਇੰਟ, ਸਿਰਫ ਐਕਸਟਰਨਲ ਕਨਫਲਿਕਟ ਨਹੀਂ ਚਾਹੀਦਾ, ਜਰਨੀ ਆਫ ਕਰੈਕਟਰ ਦਾ ਸਭ ਤੋਂ ਇੰਪੋਰਟੈਂਟ ਫੈਕਟਰ ਹੈ ਇੰਟਰਨਲ ਕਨਫਲਿਕਟ। ਤੁਹਾਡੇ ਅੰਦਰ ਕਿੰਨੀ ਕੁ ਕਸ਼ਮਕਸ਼ ਕਰੈਕਟਰ ਦੇ ਵਿੱਚ ਪਈ ਹੈ, ਔਰ ਬਾਹਰੀ ਕਨਫਲਿਕਟ ਦੇ ਵਿੱਚ ਫਸਿਆ, ਹੁਣ ਮੇਰੇ 'ਤੇ ਕੁਛ ਹੋਏਗਾ ਕਿ ਨਹੀਂ ਹੋਏਗਾ, ਮੈਂ ਕੁਛ ਕਰ ਸਕੂੰਗਾ ਕਿ ਨਹੀਂ ਕਰ ਸਕੂੰਗਾ, ਇਹ ਮੇਰੇ ਤੋਂ ਹੋਏਗਾ ਨਹੀਂ, ਕਦੇ ਫਰਸਟ੍ਰੇਟ ਹੁੰਦਾ, ਕਦੇ ਤਾਕਤ ਵਿੱਚ ਆ ਜਾਂਦਾ, ਕਦੇ ਕੋਈ ਉਸਨੂੰ ਹੌਸਲਾ ਦਿੰਦਾ। ਇਹ ਅੰਦਰਲੀ ਜਦੋਂ ਕਸ਼ਮਕਸ਼ ਸਾਹਮਣੇ ਆਉਂਦੀ ਹੈ ਨਾ, ਤਾਂ ਇੱਕ ਐਕਟਰ ਨੂੰ ਇੰਨਾ ਕੁਛ ਜ਼ਿਆਦਾ ਕਰਨ ਨੂੰ ਮਿਲਦਾ, ਭਾਵ ਉਹਦਾ ਛੋਟਾ ਜਿਹਾ ਕਰੈਕਟਰ ਵੀ ਬਹੁਤ ਵੱਡਾ ਬਣ ਸਕਦਾ, ਔਰ ਜੇ ਵੱਡਾ ਕਰੈਕਟਰ ਹੋਵੇ ਤਾਂ ਉਹ ਇੱਕ ਬਹੁਤ, ਮਤਲਬ ਕਿ ਐਦਾਂ ਕਹੋ ਕਿ ਮਹਾਨ ਕੰਮ ਹੋ ਸਕਦਾ। ਇਹ ਜਰਨੀ ਆਫ ਕਰੈਕਟਰ ਕਿਸੇ ਕਰੈਕਟਰ ਦੇ ਲਈ ਇੰਨੀ ਕੁ ਇੰਪੋਰਟੈਂਟ ਹੈ, ਇੱਕ ਕਰੈਕਟਰਸ ਆਰਕ, ਕਿ ਮੈਂ ਤੁਹਾਨੂੰ ਫਿਰ ਸਲਾਹ ਦੇਊਂਗਾ ਕਿ ਜੇ ਕਰੈਕਟਰ ਦੇ ਵਿੱਚ ਨਹੀਂ ਪਈ ਤਾਂ ਇਹੋ ਜਿਹੇ ਕਰੈਕਟਰ ਨੂੰ ਨਾ ਕਰੋ। ਜਿਹੜੇ ਇਹ ਸਾਰੇ ਪੁਆਇੰਟ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਨੇ, ਜੇ ਤੁਸੀਂ ਇਹਨਾਂ ਪੁਆਇੰਟਸ ਨੂੰ ਧਿਆਨ ਨਾਲ ਸੁਣੋਗੇ ਤਾਂ ਤੁਸੀਂ ਇਹ ਗੱਲ ਸਮਝ ਪਾਓਗੇ ਕਿ ਇਹ ਸਾਰੇ ਦੇ ਸਾਰੇ ਪੁਆਇੰਟਸ ਇੱਕ ਭਰਪੂਰ ਜ਼ਿੰਦਗੀ ਦੇ ਪੁਆਇੰਟਸ ਨੇ, ਇਹ ਜ਼ਿੰਦਗੀ ਨਾਲ ਜੁੜੇ ਹੋਏ ਪੁਆਇੰਟਸ ਨੇ। ਉਹ ਬੰਦਾ ਜਿਹੜਾ ਕਿ, ਉਹ ਇਨਸਾਨ ਜਿਹੜਾ ਕਿ ਇੱਕ ਬਹੁਤ ਸ਼ਾਨਦਾਰ ਜ਼ਿੰਦਗੀ ਜੀ ਰਿਹਾ, ਭਾਵ ਡਾਇਨਾਮਿਕ ਜ਼ਿੰਦਗੀ ਜੀ ਰਿਹਾ, ਇਹ ਉਹਦੀ ਜ਼ਿੰਦਗੀ ਦੇ ਐਲੀਮੈਂਟ ਨੇ ਸਾਰੇ ਦੇ ਸਾਰੇ। ਇੱਕ ਜ਼ਿੰਦਗੀ ਜਿਹੜੀ ਕਿ ਸਹੀ ਮਾਇਨੇ ਵਿੱਚ ਜ਼ਿੰਦਗੀ ਹੈ, ਉਹ ਕਦੇ ਮਕਸਦਹੀਨ ਨਹੀਂ ਹੁੰਦੀ,
ਇਨਸਾਨ ਉਹਦੇ ਵਿੱਚ ਕੁਛ ਨਾ ਕੁਛ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ, ਔਰ ਜਦੋਂ ਉਹ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਅਸੀਂ ਜਾਣਦੇ ਹਾਂ ਅੜਚਣਾਂ ਆਉਂਦੀਆਂ ਨੇ, ਉਹ ਅੜਚਣਾ ਕਨਫਲਿਕਟ ਪੈਦਾ ਕਰਦੀਆਂ ਨੇ, ਉਹ ਕਨਫਲਿਕਟ ਸਿਰਫ ਬਾਹਰ ਹੀ ਨਹੀਂ ਹੁੰਦਾ, ਅੰਦਰ ਵੀ ਹੁੰਦਾ, ਔਰ ਇਸ ਸਾਰੇ ਕਾਸੇ ਵਿੱਚ ਉਹਦੀ ਜ਼ਿੰਦਗੀ ਲਗਾਤਾਰ ਚੱਲਦੀ ਰਹਿੰਦੀ ਹੈ, ਕਦੇ ਵੀ ਨਹੀਂ ਖੜਦੀ, ਘੱਟੋ ਘੱਟ ਉਹ ਜ਼ਿੰਦਗੀ ਬੋਰ ਨਹੀਂ ਹੁੰਦੀ, ਡਾਇਨਾਮਿਕ ਹੁੰਦੀ ਹੈ, ਬੰਦਾ ਸੈਟਿਸਫੈਕਸ਼ਨ ਦੇ ਵਿੱਚ ਜਿਉਂਦਾ। ਔਰ ਠੀਕ ਇਹੀ ਚੀਜ਼ਾਂ ਅਗਰ ਜੇ ਕਿਸੇ ਕਰੈਕਟਰ ਦੇ ਵਿੱਚ ਪਈਆਂ ਹੋਣਗੀਆਂ ਤਾਂ ਹੀ ਇਹ ਕਰੈਕਟਰ ਜਿਹੜਾ ਹੈ ਉਹ ਲਾਈਵਲੀ ਬਣੇਗਾ, ਤਾਂ ਹੀ ਉਹ ਦਰਸ਼ਕ ਨੂੰ ਆਪਣੇ ਨਾਲ ਜੋੜ ਪਾਏਗਾ। ਆਫਕੋਰਸ ਦਰਸ਼ਕ ਸਟੇਜ ਦੇ ਉੱਪਰ ਜ਼ਿੰਦਗੀ ਦੇਖਣਾ ਹੈ। ਹਾਂ, ਇਹੋ ਜਿਹੇ ਕਰੈਕਟਰ ਕ੍ਰੀਏਟ ਕਰਨਾ ਸੱਚੀਮੁੱਚੀ ਕੁਛ ਇੰਟੈਲੀਜੈਂਟ ਰਾਈਟਰਾਂ ਦਾ ਕੰਮ ਹੈ, ਟੈਲੈਂਟਡ ਰਾਈਟਰਾਂ ਦਾ ਕੰਮ ਹੈ, ਜਿਹੜੇ ਇਹੋ ਜਿਹੇ ਧੜਕਦੇ ਹੋਏ ਜਿੰਦਾ ਦਿਲ ਕਰੈਕਟਰ ਕ੍ਰੀਏਟ ਕਰ ਸਕਣ। ਕਈ ਵਾਰੀ ਮੈਂ ਦੇਖਿਆ ਕਿ ਚੰਗੇ ਐਕਟਰ ਵੀ ਇਸੇ ਚੱਕਰ 'ਚ ਵਧੀਆ ਪਰਫੋਰਮ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਕੈਲੀਬਰ ਦਾ ਰੋਲ ਨਹੀਂ ਮਿਲਦਾ। ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਐਕਟਰ ਮੇਰੇ ਮਿੱਤਰ ਨੇ, ਨਿੱਜੀ ਤੌਰ 'ਤੇ ਮੈਂ ਉਹਨਾਂ ਨੂੰ ਜਾਣਦਾ, ਮੈਨੂੰ ਕਦੇ ਕਦੇ ਅਫਸੋਸ ਹੁੰਦਾ ਕਿ ਉਹਨਾਂ ਦੀ ਸਮਰੱਥਾ ਬੇਕਾਰ ਜਾ ਰਹੀ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਕੈਲੀਬਰ ਦੇ ਕਰੈਕਟਰ ਨਹੀਂ ਮਿਲ ਪਾ ਰਹੇ। ਸੋ ਮੈਨੂੰ ਲੱਗਦਾ ਕਿ ਇੱਕ ਐਕਟਰ ਨੂੰ ਜਦੋਂ ਆਪਣੇ ਲਈ ਰੋਲ ਤਲਾਸ਼ ਕਰ ਰਿਹਾ ਤਾਂ ਉਸਨੂੰ ਵੱਧ ਤੋਂ ਵੱਧ ਸਕ੍ਰਿਪਟਾਂ ਫਰੋਲਣੀਆਂ ਚਾਹੀਦੀਆਂ ਨੇ, ਵੱਧ ਤੋਂ ਵੱਧ ਰਾਈਟਰਾਂ ਨੂੰ ਮਿਲਣਾ ਚਾਹੀਦਾ, ਉਹਨਾਂ ਦੀ ਕਾਲ ਲੈਣੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਜੋ ਉਹਦੇ ਮਨ ਦੇ ਵਿੱਚ ਕਰੈਕਟਰ ਹੈ, ਪ੍ਰੀ ਅਸੰਪਸ਼ਨ ਨਹੀਂ ਹੋਣੀ ਚਾਹੀਦੀ ਮੈਂ ਇੱਦਾਂ ਦਾ ਕਰੈਕਟਰ ਹੀ ਕਰਨਾ, ਮੈਂ ਫਲਾਣਾ ਕਰੈਕਟਰ ਕਰਨਾ ਜਿਹੜਾ ਫਲਾਣੇ ਨੇ ਫਲਾਣੀ ਫਿਲਮ ਜਾਂ ਫਲਾਣੇ ਡਰਾਮੇ 'ਚ ਕੀਤਾ। ਪ੍ਰੀ ਅਸੰਪਸ਼ਨ ਨਹੀਂ ਹੋਣੀਆਂ ਚਾਹੀਦੀਆਂ, ਵੱਧ ਤੋਂ ਵੱਧ ਰਾਈਟਰਾਂ ਨੂੰ ਮਿਲੇਗਾ, ਹੋ ਸਕਦਾ ਰਾਈਟਰ ਕੋਈ ਉਸ ਨੂੰ ਉਸ ਦੀ ਐਕਸਪੈਕਟੇਸ਼ਨ ਤੋਂ ਵੱਡਾ ਕਰੈਕਟਰ ਦੇ ਜੇ। ਹੁਣ ਅਸੀਂ 2 ਕਿਲੋ ਆਲੂ ਲੈਣੇ ਹੁੰਦੇ ਆ, ਸਬਜ਼ੀ ਮੰਡੀ ਦੀਆਂ 4 ਦੁਕਾਨਾਂ 'ਤੇ ਜਾਂਦੇ ਹਾਂ, ਨੋ ਮਾਰ ਮਾਰ ਕੇ ਦੇਖਦੇ ਹਾਂ ਉਹਨਾਂ ਦੇ ਵਿੱਚ, ਅਤੇ ਇੱਕ ਅਜਿਹਾ ਕਰੈਕਟਰ ਚੂਜ਼ ਕਰਨਾ ਜਿਹੜਾ ਕਿ ਸਾਡੀ ਪਛਾਣ ਬਣਨ ਜਾ ਰਿਹਾ ਹੈ, ਔਰ ਸਾਰੀ ਜ਼ਿੰਦਗੀ ਸਾਡੇ ਨਾਲ ਚੱਲਣਾ, ਸਾਡੇ ਮਰਨ ਤੋਂ ਬਾਅਦ ਵੀ ਉਹ ਯੂਟਿਊਬ 'ਤੇ ਪਿਆ ਰਹਿਣਾ, ਲੋਕਾਂ ਨੇ ਦੇਖਣਾ, ਇਹੋ ਜਿਹੇ ਕਰੈਕਟਰ ਨੂੰ ਚੂਜ਼ ਕਰਨ ਦੇ ਲਈ ਅਸੀਂ 4 ਰਾਈਟਰਾਂ ਨੂੰ ਕਿਉਂ ਨਾ ਮਿਲੀਏ, 4-6 ਸਕ੍ਰਿਪਟਾਂ ਕਿਉਂ ਸਟੱਡੀ ਨਾ ਕਰੀਏ, ਸਾਨੂੰ ਕਰਨੀਆਂ ਚਾਹੀਦੀਆਂ। ਮੈਨੂੰ ਪਤਾ ਹੈ ਇੱਕ ਸਟੇਜ ਦੇ ਉੱਪਰ ਰਾਈਟਰ ਇਸ ਪੋਜੀਸ਼ਨ 'ਚ ਵੀ ਆ ਜਾਂਦੇ ਨੇ ਕਿ ਕਿਸੇ ਰਾਈਟਰ ਨੂੰ ਸੱਦ ਕੇ ਭਰਾ ਮੇਰੇ ਹਿਸਾਬ ਦਾ ਰੋਲ ਲਿਖ, ਔਰ ਉਸ ਰਾਈਟਰ ਦੇ ਲਈ ਤਾਂ ਇਹ ਬਹੁਤ ਸੌਖ ਹੈ, ਉਹ ਆਉਂਦਾ ਉਸਨੂੰ ਪਤਾ ਕਿ ਇਹ ਸਾਡਾ ਐਕਟਰ ਇਸ ਤਰੀਕੇ ਨਾਲ ਡਾਇਲੋਗ ਬੋਲਦਾ, ਇਸ ਤਰੀਕੇ ਦੇ ਨਾਲ ਇਹ ਬੋਡੀ ਲੈਂਗੁਏਜ ਹੈ, ਉਹ ਉਹਦੇ ਹਿਸਾਬ ਦੇ ਨਾਲ ਡਾਇਲੋਗ ਲਿਖ ਦਿੰਦਾ, ਐਕਟਰ ਬਹੁਤ ਖੁਸ਼ ਹੋ ਜਾਂਦੇ ਨੇ, ਲੇਕਿਨ ਉਸਨੂੰ ਸਮਝ ਨਹੀਂ ਲੱਗਦੀ ਕਿ ਇਹ ਕੰਮ ਜਿਹੜਾ ਹੈ ਮੇਰੇ ਸਟੀਰੀਓਟਾਈਪ ਅਤੇ ਮੇਰੇ ਟਾਈਪਡ ਤਰੀਕੇ ਦੇ ਕੰਮ ਦੇ ਵਿੱਚ ਇੱਕ ਹੋਰ ਪ੍ਰੋਜੈਕਟ ਜੋੜ ਗਿਆ, ਇੱਕ ਹੋਰ ਐਵਰੇਜ ਜਾਂ ਇੱਕ ਹੋਰ ਫੇਲਿਓਰ ਮੇਰੇ ਨਾਲ ਜੋੜ ਕੇ ਚਲਾ ਗਿਆ। ਇਹੋ ਜਿਹੇ ਐਕਟਰ ਜਿਹੜੇ ਨੇ ਉਹ ਆਮ ਤੌਰ 'ਤੇ ਕੰਫਰਟ ਜ਼ੋਨ ਦੇ ਵਿੱਚ ਜਿਉਣ ਵਾਲੇ ਐਕਟਰ ਹੁੰਦੇ ਨੇ, ਜਦੋਂ ਉਹਨਾਂ ਨੂੰ ਇੱਕ ਵਾਰੀ ਚੱਲ ਨਿਕਲਦਾ ਉਹਨਾਂ ਦਾ ਸਟਾਈਲ, ਅਤੇ ਫਿਰ ਉਹ ਹੁਣ ਮਿਹਨਤ ਨਹੀਂ ਕਰਨਾ ਚਾਹੁੰਦੇ, ਬਸ ਫਿਰ ਉਹ ਉਸੇ ਤਰੀਕੇ ਦੇ ਰੋਲ ਹੀ ਆਪਣੇ ਲਈ ਲਿਖਵਾਉਂਦੇ ਨੇ। ਇਹੋ ਜਿਹੇ ਐਕਟਰ ਹੀ ਹੁੰਦੇ ਨੇ ਜਿਹੜੇ ਰਾਈਟਰਾਂ ਨੂੰ ਡਾਇਲੋਗ ਬਦਲਣ ਦੇ ਲਈ ਪ੍ਰੈਸ਼ਰ ਪਾਉਂਦੇ ਨੇ, ਕਿਉਂਕਿ ਉਹ ਆਪਣੇ ਕੰਫਰਟ ਜ਼ੋਨ 'ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ, ਉਹਨਾਂ ਨੂੰ ਸਮਝ ਨਹੀਂ ਆਉਂਦਾ, ਉਹਨਾਂ ਨੂੰ ਲੱਗਦਾ ਮੇਰੇ ਲਈ ਅਜਿਹੇ ਰੋਲ ਕਰਨੇ ਈਜ਼ੀ ਨੇ, ਉਹਨਾਂ ਨੂੰ ਇੱਕ ਚੀਜ਼ ਸਮਝ ਨਹੀਂ ਆ ਰਹੀ ਕਿ ਇਹ ਈਜ਼ੀਨੈਸ, ਇਹ ਕੰਫਰਟ ਜ਼ੋਨ ਉਹਨਾਂ ਦੇ ਲਈ ਸਲੋ ਪੋਇਜ਼ਨ ਦਾ ਕੰਮ ਕਰਦਾ।